जस टीवी देख रहे हो तुसीं, मैं के पी सिंह तुहाडा स्वागत करदा। पंजाब दे विच इक वड्डा हादसा होया बटाला दे विच। बटाला च इहो जिहा हादसा होया कि इत्थे 23 लोकां दी मौत हो चुकी है, जिहड़ी कि प्रशासन वल्लों दसी गई है। मौतां दी गिनती होर वध वी सकती है। इह जिहड़े पीड़ित परिवार हैगे आ, उह खदशा जता रहे हैगे आ। जदों होर जानकारी आ जाएगी उह वी तुहाडे नाल सांझी करांगे। ਇਹ ਹਾਦਸਾ ਹੋਇਆ, ਇੱਥੇ ਪਹਿਲਾਂ ਵੀ ਹਾਦਸਾ ਵਾਪਰ ਚੁੱਕਿਆ ਹੈਗਾ, ਉਦੋਂ ਜਾਨੀ ਮਾਲੀ ਨੁਕਸਾਨ ਘੱਟ ਹੋਇਆ ਸੀਗਾ। ਸ਼ਾਇਦ ਇਸ ਕਰਕੇ ਬੇਪਰਵਾਹੀਆਂ ਅਤੇ ਲਾਪਰਵਾਹੀਆਂ ਵਰਤੀਆਂ ਗਈਆਂ। ਜ਼ਿੰਮੇਵਾਰੀ ਕਿਸ ਦੀ ਹੈਗੀ ਹੈ, ਸਾਰੇ ਸਵਾਲ ਪੁੱਛਦੇ ਪਏ ਹੈਗੇ ਆ। ਕੁਝ ਤਾਂ ਇਹ ਕਹਿ ਰਿਹਾ ਕਿ ਸ਼ਾਇਦ ਇਹਨਾਂ ਦੀ ਇੰਨੀ ਲਿਖੀ ਹੋਈ ਸੀਗੀ ਅਤੇ ਕਹਿੰਦੇ ਆ ਕਿ ਭਾਣਾ ਮੰਨ ਲਓ। ਪਰ ਸਵਾਲ ਇਹ ਹੈ ਕਿ ਇਹ ਭਾਣਾ ਕਦੋਂ ਤੱਕ ਮੰਨੀ ਜਾਵਾਂਗੇ? ਜਦੋਂ ਇਨਸਾਨੀ ਗਲਤੀਆਂ ਹੋਣ, ਜੋ ਲਾਪਰਵਾਹੀ ਹੋਵੇ, ਜਦੋਂ ਕਰਪਸ਼ਨ ਹੋਵੇ, ਤਾਂ ਫਿਰ ਭਾਣਾ ਕਿਉਂ ਮੰਨੀਏ? ਅਤੇ ਇਸੇ ਕਰਕੇ ਇਹ ਸਵਾਲ ਪੁੱਛਾਂਗੇ, ਬਟਾਲਾ 'ਚ ਬਲਾਸਟ ਹੋਇਆ, 23 ਮੌਤਾਂ ਹੋ ਗਈਆਂ, ਸਿਰਫ ਭਾਣਾ ਕਿਉਂ ਮੰਨੀਏ? ਬਟਾਲਾ ਬਲਾਸਟ ਅੱਜ ਬਹਿਸ ਇਸ ਲਈ ਕਰ ਰਿਹਾ, ਤੁਹਾਨੂੰ ਦੱਸਦੀ ਟੂ ਦਾ ਪੁਆਇੰਟ ਵੇ ਪੁਆਇੰਟ ਟੂ ਪੁਆਇੰਟ। ਬਟਾਲਾ ਦੀ ਪਟਾਕਾ ਫੈਕਟਰੀ ਵਿੱਚ ਧਮਾਕੇ ਤੋਂ ਬਾਅਦ ਲੋਕਾਂ 'ਚ ਗੁੱਸਾ ਹੋਣਾ ਵੀ ਚਾਹੀਦਾ। ਦੁੱਖ ਜਿਤਾ ਕੇ ਕੁਛ ਨਹੀਂ ਹੋਣਾ, ਗੁੱਸਾ ਜੇ ਕਰੋਗੇ ਤਾਂ ਹੀ ਪਤਾ ਲੱਗੇਗਾ ਇਹਨਾਂ ਨੂੰ। ਬੁੱਧਵਾਰ ਦੁਪਹਿਰ ਬਾਅਦ ਵਾਪਰੇ ਹਾਦਸੇ 'ਚ ਹੁਣ ਤੱਕ 23 ਮੌਤਾਂ ਹੋਈਆਂ। ਤਕਰੀਬਨ 3:30 ਵਜੇ ਹਾਦਸਾ ਵਾਪਰਿਆ ਅਤੇ 23 ਮੌਤਾਂ ਦੀ ਤਸਦੀਕ ਆ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। ਪੁਲਿਸ 'ਤੇ ਦਬਾਅ ਵਧਿਆ ਅਤੇ ਉਸ ਵੱਧਦੇ ਦਬਾਅ ਤੋਂ ਬਾਅਦ FIR ਦਰਜ ਕੀਤੀ ਗਈ ਹੈ। FIR ਦਰਜ ਕੀਤੀ ਗਈ ਹੈ ਅਤੇ ਕਈ ਸਾਲ ਪਹਿਲਾਂ ਮਰ ਚੁੱਕੇ ਜਸਪਾਲ ਸਿੰਘ 'ਤੇ ਮਾਮਲਾ ਦਰਜ ਕੀਤਾ ਗਿਆ। ਫੈਕਟਰੀ ਦੇ ਲਾਇਸੈਂਸ 'ਤੇ ਪੁਲਿਸ ਪ੍ਰਸ਼ਾਸਨ ਕੋਈ ਬਾਹਲਾ ਠੋਸ ਜਵਾਬ ਦੇਣ ਦੀ ਸਥਿਤੀ ਵਿੱਚ ਨਜ਼ਰ ਨਹੀਂ ਆਇਆ ਅਤੇ ਹਾਲਾਂਕਿ ਵਿੱਚ ਵਿਚਾਲੇ ਕਿਹਾ ਜਾ ਰਿਹਾ ਕਿ ਕੋਈ ਕਹਿ ਰਿਹਾ ਕਿ ਸਾਨੂੰ ਪਤਾ ਹੀ ਨਹੀਂ ਸੀਗਾ, ਕੋਈ ਕਹਿੰਦਾ 22 ਸਾਲ ਹੋ ਗਏ ਇਸ ਫੈਕਟਰੀ ਨੂੰ ਚੱਲਦੇ ਨੂੰ। ਜਿਹੜੇ ਉੱਥੇ ਲੋਕ ਰਹਿੰਦੇ ਹੈਗੇ ਉਹ ਕਹਿੰਦੇ ਇਸ ਤੋਂ ਵੀ ਜ਼ਿਆਦਾ ਸਾਲ ਹੋ ਗਏ ਇਸ ਫੈਕਟਰੀ ਨੂੰ। ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਆ। ਫੈਕਟਰੀ 'ਚ ਧਮਾਕੇ ਵੇਲੇ ਦੀ CCTV ਫੁਟੇਜ ਆ ਉਹ ਵੀ ਸਾਹਮਣੇ ਆ ਚੁੱਕੀ ਹੈ। ਮੁੱਖ ਮੰਤਰੀ ਨੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਆ, ਰਾਹਤ ਰਾਸ਼ੀ ਦਾ ਐਲਾਨ ਵੀ ਕੀਤਾ ਹੈਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ, PM ਮੋਦੀ ਸਣੇ ਰਾਹੁਲ ਗਾਂਧੀ ਨੇ ਵੀ ਦੁੱਖ ਜਤਾਇਆ ਹੈਗਾ ਅਤੇ ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਪੱਖੀ ਹੈ ਅਤੇ ਸੂਬਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਸਵਾਲ ਕਿਉਂ ਪੁੱਛਿਆ ਜਾਵੇਗਾ? ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਇਸ ਬਹਿਸ ਦੇ ਵਿੱਚ ਕਿ ਬਟਾਲਾ ਧਮਾਕੇ ਤੋਂ ਬਾਅਦ ਹਰ ਪੱਧਰ ਦੀ ਲਾਪਰਵਾਹੀ 'ਤੇ ਫੁੱਲ ਸਟੋਪ ਲੱਗੇਗਾ। ਇਸ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਕੁਲਵੀਰ ਸਿੰਘ ਸਿੱਧੂ ਸਾਬਕਾ IAS ਨੇ ਅਤੇ ਸਾਬਕਾ DC ਵੀ ਨੇ ਗੁਰਦਾਸਪੁਰ ਦੇ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਤੌਰ 'ਤੇ ਵੀ ਰਹੇ ਨੇ। ਕੁਲਵੀਰ ਸਿੱਧੂ ਤੁਹਾਡਾ ਬਹੁਤ ਸਵਾਗਤ ਹੈ। ਮਿਹਰਬਾਨੀ ਭਾਈ। ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਬੁਲਾ ਰਿਹਾ, ਬਰਾੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗਗਨਦੀਪ ਸਿੰਘ ਚੱਡਾ ਆਮ ਆਦਮੀ ਪਾਰਟੀ ਬੁਲਾ ਰਿਹਾ, ਚੱਡਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਮਾਨ ਸਿੰਘ ਸਾਬਕਾ DIG ਨੇ, ਮਾਨ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡੇ ਮੌਜੂਦ ਰਹਿਣਗੇ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਚਰਨਜੀਤ ਬਰਾੜ ਤੁਹਾਨੂੰ ਕਰਨਾ ਚਾਹੁੰਗਾ। ਚਰਨਜੀਤ ਬਰਾੜ, ਇਸ ਹਾਦਸੇ ਦਾ ਜ਼ਿੰਮੇਵਾਰ ਤੁਹਾਨੂੰ ਕੌਣ ਲੱਗਦਾ? ਦੇਖੋ, ਸਭ ਤੋਂ ਪਹਿਲਾਂ ਤਾਂ ਬੜੀ ਦੁੱਖਦਾਈ ਘਟਨਾ, ਜਿਨ੍ਹਾਂ ਪਰਿਵਾਰਾਂ ਦੇ ਜੀ ਚਲੇ ਗਏ ਉਹਨਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਜਿਹੜੇ ਵਿਚਾਰੇ ਜ਼ਿੰਦਗੀ ਦੀ ਲੜਾਈ ਲੜ ਰਹੇ ਹਸਪਤਾਲ 'ਚ ਪਏ, ਉਹਨਾਂ ਲਈ ਵੀ ਕਾਮਨਾ ਕਰਦੇ ਹਾਂ ਕਿ ਉਹ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਅਤੇ ਠੀਕ ਰਹਿਣ। ਇਸ ਹਾਦਸੇ ਦਾ ਜ਼ਿੰਮੇਵਾਰ ਮੈਂ ਪਰਮਾਤਮਾ ਨੂੰ ਨਹੀਂ ਕਹੂੰਗਾ, ਮੈਂ ਸਾਡੇ 'ਚ ਕੋਈ ਬੰਦੇ ਹੀ ਜਿਹੜੇ ਹੈਗੇ ਆ ਜਿਹੜੇ ਉਹਨਾਂ ਨੂੰ ਹੀ ਕਹੂੰਗਾ, ਭਾਵੇਂ ਮੌਕੇ ਦਾ ਪ੍ਰਸ਼ਾਸਨ ਜਦੋਂ ਮਨਜ਼ੂਰੀ ਪਹਿਲਾਂ ਦਿੱਤੀ ਹੋਵੇ ਉਸ ਵੇਲੇ ਹੋਵੇ, ਜਾਂ ਇਹ ਕਹਿ ਲਈਏ ਜੇ ਜਦੋਂ ਇਹ ਬਣੀ ਹੈ ਫੈਕਟਰੀ 'ਚ ਉਦੋਂ ਘਰ ਨਹੀਂ ਸੀਗੇ, ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਹਰ 5 ਸਾਲ ਬਾਅਦ ਜਾਂ 3 ਸਾਲ ਬਾਅਦ ਜਿੰਨੇ ਚਿਰ ਬਾਅਦ ਵੀ ਇਹ ਲਾਇਸੈਂਸ ਰਿਨਿਊ ਹੁੰਦਾ ਹੈ, ਤਾਂ ਉਹ ਮੈਂ ਤੁਹਾਨੂੰ ਕਰੈਕਟ ਕਰ ਦੇਵਾਂ ਚੰਜੀ ਬਰਾੜ, ਗੁਰਦੁਆਰਾ ਸਾਹਿਬ ਉੱਥੇ ਕੁਝ ਦੂਰੀ 'ਤੇ ਹੈ, ਉਹ ਬਹੁਤ ਸਾਲ ਪਹਿਲਾਂ ਦਾ, ਉਹ ਵੀ ਤੁਹਾਨੂੰ ਕਰੈਕਟ ਕਰ ਦੇਵਾਂ ਮੈਂ। ਉੱਥੇ ਜੇ ਪੁਲਿਸ ਚੌਂਕੀ ਹੈ, ਉੱਥੇ ਪੋਸਟ ਲੱਗਦੀ ਹੈ, ਗੁਰੂ ਨਾਨਕ ਦੇਵ ਜੀ ਦੇ ਜਿਹੜਾ ਵਿਆਹ ਪੁਰਬ ਦਾ ਸਮਾਰੋਹ ਹੁੰਦਾ, ਉੱਥੇ ਪੁਲਿਸ ਚੌਂਕੀ ਆ, 4 ਜ਼ਿਲ੍ਹਿਆਂ ਦੀ ਪੁਲਿਸ ਉੱਥੇ ਤੈਨਾਤ ਰਹਿੰਦੀ ਹੈ। ਬਰਾੜ ਸਾਹਿਬ ਅੱਗੇ ਬੋਲ, ਮੈਂ ਇਹੀ ਬੇਨਤੀ ਕਰਦੇ ਹਾਂ ਕਿ ਭਾਵੇਂ ਜਦੋਂ ਦੀ ਵੀ ਮਰਜ਼ੀ ਬਣੀ ਹੈ, ਕਿਹੜੀ ਬਿਲਡਿੰਗ ਪਹਿਲਾਂ ਬਣੀ ਹੈ, ਕਿਹੜੀ ਬਾਅਦ 'ਚ ਬਣੀ ਹੈ, ਮੌਕੇ ਦੇ ਪ੍ਰਸ਼ਾਸਨ ਨੇ ਤਸਦੀਕ ਕਰਕੇ ਲਾਇਸੈਂਸ ਜਿਹੜਾ ਹੈਗਾ ਉਹ ਦੇਣਾ ਹੁੰਦਾ। ਅਤੇ ਅੱਜ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੈਰਾਨੀਜਨਕ ਗੱਲ ਕਿ ਮਰ ਚੁੱਕੇ ਜਸਪਾਲ ਸਿੰਘ ਦੇ ਨਾਂ 'ਤੇ FIR ਦਰਜ ਕਰਤੀ ਹੈ, ਮੈਂ ਇਹ ਗੱਲ ਕਹੂੰਗਾ ਕਿ ਜਿੰਨੇ ਵਾਰੀ ਵੀ ਲਾਇਸੈਂਸ ਨਵਿਆਇਆ ਗਿਆ ਜਾਂ ਨਵੀਨੀਕਰਨ ਕੀਤਾ ਗਿਆ, ਜਿਹੜੇ ਵੀ ਅਫਸਰ ਉਸ ਵੇਲੇ ਦੇ ਜ਼ਿੰਮੇਵਾਰ ਰਹੇ ਆ ਜਾਂ ਜਿਹਨੇ ਦਸਤਖਤ ਕੀਤੇ ਆ, ਜਿਹਨੇ ਰਿਪੋਰਟਾਂ ਕੀਤੀਆਂ, ਮੇਰਾ ਖਿਆਲ ਹੈ ਕਿ ਪਰਚਾ ਦਰਜ ਉਹਨਾਂ ਦੇ ਖਿਲਾਫ਼ ਹੋਣਾ ਚਾਹੀਦਾ, ਕਿਉਂਕਿ ਐਡਾ ਵੱਡਾ ਆਬਾਦੀ ਦੇ ਵਿੱਚ ਐਡਾ ਵੱਡਾ ਬਲਾਸਟ ਹੋ ਜਾਣਾ, ਐਡੇ ਵੱਡੇ ਇਹੋ ਜਿਹੀ ਫੈਕਟਰੀ ਦੀ ਮਨਜ਼ੂਰੀ ਜਿਹੜੀ ਦੇਣੀ ਹੈ, ਇਹ ਮੈਂ ਸਮਝਦਾ ਕਿ ਕਾਨੂੰਨ ਤੋੜ ਕੇ ਕਿਸੇ ਲਾਲਚਵਾਸੀ ਕੀਤੀ ਹੈ ਜਾਂ ਕਿਸੇ ਪ੍ਰੈਸ਼ਰ ਥੱਲੇ ਕੀਤੀ ਹੈ, ਤਾਂ ਜ਼ਰੂਰ ਇਹਦੇ 'ਚ ਉਸ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ਼ ਜਾਂ ਜਿਹੜਾ ਵੀ ਕੋਈ ਪੜਤਾਲ ਕਰਕੇ ਹੋਰ ਵੀ ਭਾਵੇਂ ਕੋਈ ਉੱਚ ਲੈਵਲ ਦਾ ਕੋਈ ਭਾਵੇਂ ਪੋਲੀਟੀਸ਼ੀਅਨ ਹੋਵੇ ਅਤੇ ਭਾਵੇਂ ਅਧਿਕਾਰੀ ਹੋਵੇ, ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ। ਠੀਕ ਹੈ, ਗਗਨਦੀਪ ਚੱਡਾ, ਆਮ ਆਦਮੀ ਪਾਰਟੀ ਦਾ ਪਹਿਲਾ ਪ੍ਰਤੀਕਰਮ ਕੀ ਹੈ ਇਸ 'ਤੇ? ਸਰ, ਅਸੀਂ ਇਹਦੀ ਇੱਕ ਨਿਰਪੱਖ ਜਾਂਚ ਮੰਗਦੇ ਹਾਂ। ਨਿਰਪੱਖ ਜਾਂਚ ਦਾ ਮਤਲਬ ਕੀ ਹੈ, ਪਹਿਲਾਂ ਉਹਨੂੰ ਅੰਡਰਸਟੈਂਡ ਕਰੀਏ। ਜਿੱਥੇ ਤੱਕ ਆਪਾਂ ਸਮਝ ਰਹੇ ਹਾਂ ਕਿ ਇਹਦੇ ਵਿੱਚ ਪ੍ਰਸ਼ਾਸਨ ਦੀ ਨਲਾਇਕੀ ਰਹੀ ਹੈ, ਕੋਈ ਦੋ ਰਾਏ ਨਹੀਂ ਹੈ ਕਿ ਜਿਹੜੇ ਉੱਥੇ ਦੇ DC ਆਫਿਸ ਨੇ ਜਾਂ ਉਹਨਾਂ ਦੇ ਮੈਂਬਰਾਂ ਨੇ ਜਾਂ ਜਿਹੜੇ ਵੀ ਡਿਪਿਊਟਡ ਆਫਿਸਰਸ ਹੈ ਉਹਨਾਂ ਦੀ ਕਿਤੇ ਨਾ ਕਿਤੇ ਇਹਦੇ ਵਿੱਚ ਬਹੁਤ ਵੱਡੀ ਨਲਾਇਕੀ ਨਜ਼ਰ ਆ ਰਹੀ ਹੈ।
ਤਾਂ ਬਸ ਇਹ ਹੈ ਕਿ ਜਿਹੜੀ ਇਨਕੁਆਇਰੀ ਕਰਨ ਲੱਗੇ ਹੈ ਜੇ ਉਸੀ ਬੰਦਿਆਂ ਤੋਂ ਹੀ ਕਰਵਾਉਣੀ ਹੈ ਤਾਂ ਫਿਰ ਮੇਰੇ ਹਿਸਾਬ ਨਾਲ ਦੇਰ ਵਿਲ ਵੀ ਉੱਥੇ ਫੈਕਟਸ ਨਾਲ ਟੈਂਪਰਿੰਗ ਹੋ ਸਕਦੀ ਹੈ, ਬਹੁਤ ਕੁਛ ਹੋ ਸਕਦਾ। ਐਟਲੀਸਟ ਜਿਹੜੇ ਆਫਿਸਰਸ ਇਨਵੋਲਵਡ ਨੇ ਉਹਨਾਂ ਨੂੰ ਛੁੱਟੀ 'ਤੇ ਭੇਜ ਕੇ ਇੱਕ ਨਿਰਪੱਖ ਜਾਂਚ ਹੋਣੀ ਚਾਹੀਦੀ। ਠੀਕ ਹੈ ਮਾਨ ਸਿੰਘ ਜੀ, ਤੁਸੀਂ ਉਸ ਇਲਾਕੇ 'ਤੇ ਰਹੇ ਕਦੇ? ਰਹੇ ਹਾਂ ਗੁਰਦਾਸਪੁਰ। ਗੁਰਦਾਸਪੁਰ ਰਹੇ ਹੋ ਮਾਨ ਸਿੰਘ ਜੀ, ਉੱਥੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਿੰਨਾ ਜ਼ਿੰਮੇਵਾਰ? ਨਹੀਂ ਦੇਖੋ, ਸਭ ਤੋਂ ਪਹਿਲਾਂ ਤਾਂ ਬੜਾ ਦੁੱਖ ਹੈ ਕਿ ਬੜੀ ਮਾੜੀ ਘਟਨਾ ਹੋਈ ਹੈ, ਪਰ ਦੂਜੀ ਗੱਲ ਜਿਹੜੀ ਇਹ ਹੈਗੀ ਹੈ ਕਿ ਬੇਸਿਕਲੀ ਇਹਨਾਂ ਨੂੰ ਲਾਇਸੈਂਸ ਦੇਣ ਦਾ ਜਾਂ ਨਾ ਦੇਣ ਦਾ ਜਾਂ ਰਿਕਮੈਂਡ ਕਰਨ ਦਾ, ਇਹ ਸਾਰੀ ਡਿਊਟੀ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਹੁੰਦੀ ਹੈ, ਕਿਉਂਕਿ ਡੀ ਸੀ ਵਰਕਸ ਐਜ਼ ਏ ਡਿਸਟ੍ਰਿਕਟ ਮੈਜਿਸਟ੍ਰੇਟ ਆਲਸੋ। ਅਤੇ ਉਹਦੇ ਵਿੱਚ ਡੀ ਸੀ ਸਾਹਿਬ ਵੀ ਸਾਨੂੰ ਲਿਖਦੇ ਹੁੰਦੇ ਸੀ ਨਾ ਵੀ ਐੱਨ ਓ ਸੀ ਜਦੋਂ ਦਿੰਦੇ ਨੇ ਉਹ ਵੀ ਰਿਪੋਰਟ ਲੈਂਦੇ ਨੇ, ਉਹ ਵੀ ਉਹਦੀ ਵੀ ਰਿਪੋਰਟ ਅਸੀਂ ਦਿੰਦੇ ਹਾਂ, ਪਰ ਪੁਲਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਦੱਸ ਰਿਹਾ ਮੈਂ ਤੁਹਾਨੂੰ। ਪਰ ਇਸ ਦੇ ਬਾਵਜੂਦ ਵੀ ਈਵਨ ਜਦੋਂ ਪੁਲਿਸ ਦੀ ਸਾਡਾ ਜਿਹੜਾ ਸਿਸਟਮ ਹੈਗਾ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੁੰਦਾ ਹੈ ਸ਼ਹਿਰ ਦੇ ਵਿੱਚ ਵੀ ਕਿਹੜੀ ਫੈਕਟਰੀ ਕਿੱਥੇ ਹੈ, ਕਿਆ ਹੈਗੀ ਆ। ਔਰ ਇਹਦੇ ਬਦਾਨਤਾ ਜਦੋਂ ਦਿਵਾਲੀ ਦੁਸਹਿਰਾ ਆਉਂਦਾ ਪਟਾਕੇ ਵਾਲਿਆਂ ਨੂੰ ਈਵਨ ਬਾਹਰ ਕੱਢ ਦਿੰਦੇ ਆ ਵੀ ਸ਼ਹਿਰ 'ਚ ਨਹੀਂ ਕਰਨਾ ਤੁਸੀਂ, ਪਰ ਇਹ ਤਾਂ ਮੈਨੂਫੈਕਚਰ ਕਰ ਰਹੇ ਸੀ। ਔਰ ਅਨਫੋਰਚੁਨੇਟਲੀ ਪਤਾ ਨਹੀਂ, ਮੈਂ ਅੱਜ ਇੱਕ ਐਸ ਐਸ ਪੀ ਦਾ ਬਿਆਨ ਸੁਣ ਰਿਹਾ ਸੀ, ਉਹ ਕਹਿੰਦਾ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਉੱਥੇ ਫੈਕਟਰੀ ਸੀ ਜਾਂ ਨਹੀਂ ਸੀ। ਉਪਿੰਦਰਜੀਤ ਸਿੰਘ ਘੁੰਮਣ ਸਾਹਿਬ ਦਾ ਸੁਣਦੇ ਸੀ। ਹਾਂ ਹਾਂ, ਇਸ ਕਰਕੇ ਜੇਕਰ ਇੰਨੀ 3/7/2017 ਤੋਂ ਉੱਥੇ ਲੱਗੇ ਹੋਏ ਆ, 2 ਸਾਲ ਬਾਅਦ ਵੀ ਉਹਨਾਂ ਨੂੰ ਨਹੀਂ ਪਤਾ ਗਾ। ਪੂਰਾ ਪੂਰੀ ਮੇਰੇ ਕੋਲ ਸੂਚੀ ਪਈ ਆ ਜਿਹੜੇ ਐਸ ਐਸ ਪੀ ਉੱਥੇ ਰਹੇ ਆ, ਸਵਾਲ ਇਹਨਾਂ ਸਾਰੇ ਐਸ ਐਸ ਪੀ 'ਤੇ ਚੁੱਕਣੇ ਚਾਹੀਦੇ ਆ। ਮਾਨ ਸਿੰਘ ਜੀ, ਹਾਂਜੀ ਹਾਂਜੀ, ਇਟ ਇਜ਼ ਅਨਫਾਰਚੂਨੇਟ ਐਸਪੈਕਟ ਜਿਹੜਾ ਹੈਗਾ ਕਿ ਬੇਸਿਕਲੀ ਤਾਂ ਇਹ ਹੈ ਕਿ ਕਈ ਵਾਰ ਐਸ ਐਸ ਪੀਆਂ ਨੂੰ ਨਹੀਂ ਪੜ੍ਹਦੇ ਆ, ਨਹੀਂ ਗੌਰ ਕਰਦੇ ਇਹਨਾਂ ਗੱਲਾਂ 'ਤੇ ਹੋਰ ਪਾਸੇ, ਲੇਕਿਨ ਕੰਸਰਨ ਐਸ ਐਚ ਓ ਨੂੰ ਤਾਂ ਹਰ ਹਾਲਤ 'ਚ 100% ਪਤਾ ਹੁੰਦਾ ਕਿ ਮੇਰੇ ਇਲਾਕੇ ਦੇ ਵਿੱਚ ਕਿਆ ਹੋ ਰਿਹਾ, ਮੇਰੇ ਇਲਾਕੇ 'ਚ ਕਿਹੜੀ ਫੈਕਟਰੀ ਆ, ਕਿਹੜਾ ਚੰਗਾ ਕਾਹਦੀ ਹੈਗੀ ਆ, ਚੰਗਾ ਮਾੜਾ ਬੰਦਾ ਅੱਛਾ। ਬਾਕੀ ਇਹਦੇ ਨਾਲ ਇਹਦੇ ਜਿਹੜੇ ਲਾਇਸੈਂਸ ਦਾ ਸਿਸਟਮ ਹੈਗਾ ਨਾ, ਉਹ ਰਿਨਿਊਲ ਜਿਹੜਾ ਹੈਗਾ ਨਾ ਉਹ। ਮਾਨ ਸਿੰਘ ਜੀ, ਮੈਨੂੰ ਮੈਂ ਇੱਕ ਛੋਟਾ ਜਵਾਬ ਦੇ ਦਿਓ, ਇਹ ਸਾਰੇ ਐਸ ਐਸ ਪੀ ਜਿਹੜੇ ਉਸ ਦੌਰਾਨ ਉੱਥੇ ਰਹੇ ਆ, ਕਿ ਇਹਨਾਂ ਸਾਰਿਆਂ 'ਤੇ ਸਵਾਲ ਚੁੱਕਣੇ ਬਣਦੇ ਹਨ ਜਾਂ ਨਹੀਂ? ਰਿਹਾਇਸ਼ੀ ਖੇਤਰ ਦੇ ਵਿੱਚ ਇਹ ਫੈਕਟਰੀ ਚੱਲ ਰਹੀ ਸੀ। ਨਹੀਂ ਇਹ ਦੇਖੋ, ਉਹ ਸਿਰਫ ਰਿਪੋਰਟ ਹੀ ਕਰ ਸਕਦੇ, ਲੇਕਿਨ ਫੈਕਟਰੀ ਨੂੰ ਬੰਦ ਕਰਾਉਣਾ ਜਾਂ ਫੈਕਟਰੀ ਦੇ ਬਾਰੇ ਦੇ ਅੱਗੇ ਕੋਈ ਡਿਸੀਜ਼ਨ ਲੈਣਾ, ਲਾਇਸੈਂਸ ਕੈਂਸਲ ਕਰਨਾ, ਇਜ਼ ਨਾਟ ਇਨ ਦਾ ਪ੍ਰੀਵਿਊ ਆਫ ਦਾ ਪੁਲਿਸ ਡਿਪਾਰਟਮੈਂਟ। ਉਹ ਤਾਂ ਡੀਐਮ ਤੋਂ, ਡੀਐਮ ਤੋਂ ਸ਼ੁਰੂ ਹੁੰਦਾ, ਸੈਂਟਰ ਗਵਰਨਮੈਂਟ ਅੰਡਰ ਹੈ, ਡੀ ਸੀ ਸਾਹਿਬ ਦੇ ਅੰਡਰ ਹੈ, ਪੰਜਾਬ ਗਵਰਨਮੈਂਟ ਦੇ ਦਾਇਰੇ ਅਧੀਨ ਆਉਂਦਾ। ਕਿੰਨੇ ਦਾਇਰੇ? ਇਟ ਸਟਾਰਟਸ ਫਰੋਮ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਐਂਡ ਇਟ ਗੋਜ਼ ਟੂ ਦਾ ਸੈਂਟਰਲ ਗਵਰਨਮੈਂਟ। ਹਾਂਜੀ ਚੱਟਾ ਸਰ, ਫਟਾਫਟ। ਸਰ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਸੀ ਕਿ ਜਿੱਥੇ ਤੁਸੀਂ ਪੁੱਛਿਆ ਸੀ ਕਿ ਜਾਂਚ ਕਿਵੇਂ ਹੋਣੀ ਚਾਹੀਦੀ ਹੈ, ਆਈ ਥਿੰਕ ਵੀ ਹੈਵ ਗੋਟ ਦੀ ਫਸਟ ਲੀਡ। ਸਭ ਤੋਂ ਪਹਿਲਾਂ ਤਾਂ ਐਸ ਐਸ ਪੀ ਸਾਹਿਬ ਨੂੰ ਬਿਠਾ ਕੇ ਇਸ ਚੀਜ਼ ਦੇ ਵਿੱਚ, ਉੱਥੋਂ ਹੀ ਤੁਹਾਨੂੰ ਫਰਦਰ ਮਿਲ ਜਾਣਗੀਆਂ ਕਾਫੀ ਲੀਡਸ। ਏਰੀਆ ਐਸ ਐਚ ਓ ਇਹ 2 ਬੰਦੇ ਆ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਇਨਵੈਸਟੀਗੇਟ ਕੀਤਾ ਜਾਂਦਾ। ਠੀਕ ਹੈ, ਕੁਲਵੀਰ ਸਿੰਘ ਸਿੱਧੂ ਸਾਹਿਬ, ਤੁਸੀਂ ਉੱਥੇ ਰਹੇ ਹੋ ਅਤੇ ਜਿਹੜਾ ਸਮਾਂ ਦੱਸਿਆ ਜਾ ਰਿਹਾ ਕਿ 22 ਸਾਲ ਤੋਂ ਇਹ ਫੈਕਟਰੀ ਚੱਲ ਰਹੀ ਸੀਗੇ, ਹਾਲਾਂਕਿ ਉਸ ਤੋਂ ਪਹਿਲਾਂ ਦੀ ਇਹ ਫੈਕਟਰੀ ਚੱਲਦੀ ਪਈ ਹੈ ਜੋ ਸਾਡੇ ਕੋਲ ਖਬਰ ਹੈਗੀ ਆ, ਪਰ ਅਸੀਂ 22 ਸਾਲ ਤੋਂ ਹੀ ਮੰਨ ਕੇ ਚੱਲਦੇ ਹਾਂ। ਉਸ ਦੌਰਾਨ 11/6/2001 ਤੋਂ 4/3/2002 ਤੱਕ ਤੁਸੀਂ ਉੱਥੇ ਡਿਪਟੀ ਕਮਿਸ਼ਨਰ ਰਹੇ ਹੋ, ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਸੀ ਜਾਂ ਨਹੀਂ? ਮੇਰੀ ਤਾਂ ਬਹੁਤ ਜ਼ਿਆਦਾ ਬਣਦੀ ਹੈ ਜੀ, ਪਰ ਮੈਂ ਗੱਲ ਇਹ ਕਰਾਂਗਾ ਵੀ ਜਿਹੜਾ ਸਾਡਾ ਸਿਸਟਮ ਹੈ ਉਸ ਦੇ, ਸਾਡੀ ਤਰਜ਼ੇ ਜ਼ਿੰਦਗੀ, ਸਾਡਾ ਸ਼ਾਸਨ, ਸਾਡਾ ਪ੍ਰਸ਼ਾਸਨ, ਉਹ ਆਪਣੇ ਆਪ ਦੇ ਵਿੱਚ ਇੰਨਾ ਕੁ ਲਾਪਰਵਾਹ ਹੋ ਗਿਆ ਹੈ ਰੂਲ ਕਾਨੂੰਨ ਤੋਂ, ਕਿ ਜਿਸ ਤਰ੍ਹਾਂ ਡੀ ਆਈ ਜੀ ਸਾਹਿਬ ਨੇ ਕਿਹਾ, ਮਾਨ ਸਿੰਘ ਸਾਹਿਬ ਨੇ, ਕਿ ਜੀ ਇਹ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਡਿਊਟੀ ਬਣਦੀ ਹੈ, ਬਿਲਕੁਲ ਇਹਨਾਂ ਨੇ ਠੀਕ ਫਰਮਾਇਆ। ਪਰ ਡਿਸਟ੍ਰਿਕਟ ਮੈ ਜਦੋਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ ਹਾਂ, ਉਦੋਂ ਐਸ ਐਸ ਪੀ ਅਤੇ ਡੀ ਸੀ ਦੇ ਦੋਨਾਂ ਦੇ ਜੜੁੱਤ ਕੰਬੀਨੇਸ਼ਨ ਤੋਂ ਬਿਨਾਂ ਨਾ ਐੱਨ ਓ ਸੀ ਮਿਲੇ ਨਾ ਡੀ ਸੀ ਜਾਰੀ ਕਰੇ, ਪਰ ਦੋਨਾਂ ਦੇ ਉੱਤੇ ਉਸ ਵੇਲੇ ਦੇ ਲੋਕਲ ਜਿਹੜੇ ਪੋਲੀਟੀਸ਼ੀਅਨਸ ਹੈ ਉਹ ਇੰਨੇ ਹਾਵੀ ਹੋ ਜਾਂਦੇ ਹੈ ਕਿ ਦੋਨਾਂ ਨੂੰ ਹੀ ਕੁੱਲ ਮਿਲਾ ਕੇ ਐਸ ਐਸ ਪੀ ਅਤੇ ਡੀ ਸੀ ਦੋਨਾਂ ਵਿੱਚ ਆਪਸ ਵਿੱਚ ਤਾਲਮੇਲ ਹੋਣਾ ਚਾਹੀਦਾ, ਅਤੇ ਉਸ ਤੋਂ ਬਾਅਦ ਪੋਲੀਟੀਕਲ ਪ੍ਰੈਸ਼ਰ ਤੋਂ ਉਹਨਾਂ ਨੂੰ ਬਚਣਾ ਚਾਹੀਦਾ, ਤਾਂ ਇਹੋ ਜਿਹੇ ਹਾਦਸਿਆਂ ਤੋਂ ਰੋਕ ਲੱਗ ਸਕਦੀ ਹੈ। ਲੱਗ ਸਕਦੀ ਹੈ, ਛੋਟੇ ਬ੍ਰੇਕ ਨਾਲ, ਬ੍ਰੇਕ ਤੋਂ ਵਾਪਸ ਆਊਂਗਾ, ਤੁਹਾਡੇ ਤੋਂ ਮੈਂ ਹੋਰ ਜਵਾਬ ਵੀ ਲੈਣੇ ਹੈਗੇ ਆ। ਬਟਾਲਾ 'ਚ ਬਲਾਸਟ ਹੋਇਆ, 23 ਮੌਤਾਂ ਹੋਈਆਂ ਨੇ, 23 ਮੌਤਾਂ ਦੱਸੀਆਂ ਜਾ ਰਹੀਆਂ ਹੈਗੀਆਂ, ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈਗੀ ਆ। ਪਰ ਸਵਾਲ ਇਹ ਹੈਗਾ, ਸਿਰਫ ਭਾਣਾ ਕਿਉਂ ਮੰਨੀਏ? ਜਦੋਂ ਵੀ ਹਾਦਸਾ ਹੁੰਦਾ ਕਹਿੰਦੇ ਆ ਭਾਣਾ ਮੰਨ ਲਓ, ਇਹਨਾਂ ਦੀ ਇੰਨੀ ਲਿਖੀ ਹੋਈ ਸੀ, ਪਰ ਨਹੀਂ ਮੰਨਾਂਗੇ। ਬ੍ਰੇਕ ਤੋਂ ਵਾਪਸ ਆ ਕੇ ਹੋਰ ਸਵਾਲ ਹੋਣਗੇ ਜ਼ਰੂਰ, ਸਾਰਿਆਂ ਨੂੰ ਬੇਪਰਦਾ ਕਰਾਂਗੇ ਜ਼ਰੂਰ। ਸਵਾਲ ਇੱਕ ਪੁੱਛ ਰਹੇ ਹਾਂ ਕਿ ਬਟਾਲਾ ਧਮਾਕੇ ਤੋਂ ਬਾਅਦ ਹਰ ਪੱਧਰ ਦੀ ਲਾਪਰਵਾਹੀ ਤੇ ਫੁੱਲ ਸਟਾਪ ਲੱਗੇਗਾ? ਹਾਂਜੀ ਸਿੱਧੂ ਸਾਹਿਬ, ਆਪਣੀ ਗੱਲ ਪੂਰੀ ਕਰ ਸਕਦੇ ਹੋ? ਹਾਂਜੀ, ਕੇ ਪੀ ਸਿੰਘ ਸਾਹਿਬ, ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਤੁਸੀਂ ਬਟਾਲਾ ਸ਼ਹਿਰ ਦੀ ਕਰਦੇ ਹੋ ਹੁਣ, ਪਹਿਲਾਂ ਪਿਛਲੇ ਹਫ਼ਤੇ ਆਪਾਂ ਹੜ੍ਹਾਂ ਦੀਆਂ ਗੱਲਾਂ ਕੀਤੀਆਂ, ਉੱਥੇ ਫਿਰ ਅਸੀਂ ਕਿਹਾ ਐਡਮਿਨਿਸਟ੍ਰੇਟਿਵ ਫੇਲਿਅਰ, ਅਸੀਂ ਹੁਣ ਅੱਗ ਦੀਆਂ ਗੱਲਾਂ ਕਰਦੇ ਹਾਂ, ਹੁਣ ਜਦੋਂ ਅੱਸੂ ਕੱਤੇ ਆਊਗਾ ਅੱਗ ਦਾ ਦੌਰ ਚੱਲੂਗਾ, ਲੁਧਿਆਣਾ ਦੇਖ ਲਓ, ਅੰਮ੍ਰਿਤਸਰ ਦੇਖ ਲਓ, ਇਹ ਜਿਹੜੇ ਸ਼ਹਿਰ ਹੈ ਇਹਨਾਂ ਦੇ ਵਿੱਚ ਉਨੀਆਂ ਹੀ ਫੈਕਟਰੀਆਂ, ਉਨੇ ਹੀ ਘਰ ਹੈ,
ਉਨੀ ਹੀ ਇੱਥੇ ਸ਼ਾਇਦ ਡੰਗਰ ਫਿਰਦੇ ਜਿਹੜੇ ਅਗਲੇ ਹਫ਼ਤੇ ਸ਼ਾਇਦ ਤੁਹਾਨੂੰ ਇੱਕ ਕਲੈਮਿਟੀ ਇਹ ਡਿਸਕਸ ਕਰਨੀ ਪੈ ਜੇ ਕਿ ਕੋਈ ਗਾਂ ਮਰ ਗਈ ਜਾਂ ਕਈ ਬੰਦੇ ਮਾਰਤੇ ਗਾਵਾਂ ਨੇ। ਤਾਂ ਕਹਿਣ ਦਾ ਮਤਲਬ ਹੈ ਕਿ ਜਿਹੜਾ ਸਾਡਾ ਸਿਸਟਮ ਫੇਲਿਓਰ ਹੈ, ਪਿਛਲੇ ਸਾਡੀ ਬੈਸਟ ਚਰਚਾ 'ਚ ਵੀ ਗੱਲ ਹੋਈ ਸੀ, ਅੱਜ ਵੀ ਗੱਲ ਹੋ ਰਹੀ ਹੈ, ਉਸ ਨੂੰ ਫੇਲਿਓਰ ਦੇ ਲਈ ਪਹਿਲੀ ਗੱਲ ਤਾਂ ਇਹੋ ਜਿਹੀ ਥਾਂ 'ਤੇ ਲਾਇਸੈਂਸ ਬਣੇ ਕਿਉਂ ਮਿਲੇ ਕਿਉਂ? ਜੇ ਮਿਲ ਗਿਆ ਤਾਂ ਉਸ ਤੋਂ ਜਦੋਂ ਤੁਸੀਂ ਨਵਿਆਉਂਦੇ ਹੋ ਉਸ ਵੇਲੇ ਉਸਦੀ ਕੰਡੀਸ਼ਨ ਹੁੰਦੀ ਹੈ ਕਿ ਯੂ ਕੈਨ ਸਸਪੈਂਡ ਇਟ, ਕੈਂਸਲ ਇਟ। ਤੁਸੀਂ ਉਸ ਇਲਾਕੇ 'ਚ ਹੀ ਰਹੇ ਹੋ, ਤੁਹਾਨੂੰ ਪਤਾ ਹੀ ਹੈ ਉਹ ਰਿਹਾਇਸ਼ੀ ਖੇਤਰ ਤਾਂ ਬਹੁਤ ਸਾਲਾਂ ਤੋਂ ਹੈ, ਉਦੋਂ ਨਹੀਂ ਪਤਾ ਲੱਗਿਆ ਸੀ ਕਿ ਰਿਹਾਇਸ਼ੀ ਖੇਤਰ ਵਿੱਚ ਅਸੀਂ ਲਾਇਸੈਂਸ ਰਿਨਿਊ ਕਰਦੇ ਪਏ ਹਾਂ। KP ਸਿੰਘ ਸਾਹਿਬ, ਪਹਿਲੀ ਗੱਲ ਇਹ ਲਾਇਸੈਂਸ ਮਿਲਿਆ ਹੀ ਕਿਉਂ? ਕੋਈ ਮੇਰੇ ਵਰਗਾ DC ਹੋਏਗਾ, SSP ਸਾਹਿਬ ਹੋਣਗੇ ਉੱਥੇ, ਉਹਨਾਂ ਨੇ NOSC ਦੇ ਕੇ ਪੁਲਿਸ ਤੋਂ ਲੈ ਕੇ ਇੱਕ ਖਾਨਾ ਪੂਰਤੀ ਕਰ ਦਿੱਤੀ। ਜਦੋਂ ਕਿਸੇ ਦਾ ਐਡਮਿਨਿਸਟ੍ਰੇਸ਼ਨ ਦਾ ਇਸ ਪਾਸੇ ਖਿਆਲ ਹੀ ਨਹੀਂ। ਲੁਧਿਆਣੇ ਅੱਗ ਲੱਗੀ ਸੀ 2 ਸਾਲ ਪਹਿਲਾਂ ਅਤੇ ਬੜੀ ਚਰਚਾ ਹੋਈ, ਅੱਜ ਫਿਰ ਦਿਵਾਲੀ ਆ ਰਹੀ ਹੈ, ਫਿਰ ਅੱਗਾਂ ਲੱਗਣਗੀਆਂ। ਹੁਣ ਕਿਸੇ ਦਾ ਖਿਆਲ ਹੈ ਕਿ ਜਿਹੜੇ ਉੱਥੇ ਫੈਕਟਰੀਆਂ ਲੁਧਿਆਣੇ ਆ, ਅੰਮ੍ਰਿਤਸਰ, ਉਹਨਾਂ ਦਾ ਹੀ ਲਾਇਸੈਂਸ ਚੈੱਕ ਕਰ ਲਓ, ਉਹਨਾਂ ਨੂੰ ਰੋਕ ਲਓ। ਠੀਕ ਹੈ, ਇਹਦਾ ਮਤਲਬ ਜ਼ਿੰਮੇਵਾਰ ਕੋਈ ਨਹੀਂ ਹੈਗਾ? ਐਡਮਿਨਿਸਟ੍ਰੇਸ਼ਨ ਹੈ ਜੀ, ਐਡਮਿਨਿਸਟ੍ਰੇਸ਼ਨ ਹੈ ਜੀ। ਪੋਲੀਟੀਕਲ ਪ੍ਰੈਸ਼ਰ ਵੀ ਜ਼ਿੰਮੇਵਾਰ ਹੈ ਜਾਂ ਨਹੀਂ? 200% 200%। ਪ੍ਰਸਮਨਜੀਤ ਸਿੰਘ, ਅਸੀਂ ਤੁਸੀਂ ਵੀ ਉਸ ਇਲਾਕੇ ਤੋਂ ਬਿਲੋਂਗ ਕਰਦੇ ਹੋ, ਮੈਨੂੰ ਜਿੱਥੇ ਤੱਕ ਜਾਣਕਾਰੀ ਹੈਗੀ ਉਸ ਇਲਾਕੇ ਨੂੰ ਚੰਗੀ ਤਰ੍ਹਾਂ ਸਮਝਦੇ। ਪ੍ਰਸਮਨਜੀਤ ਸਿੰਘ, ਅਸੀਂ ਹਮੇਸ਼ਾ ਚਰਚਾ ਕਰਦੇ ਹਾਂ ਕਿ ਜਾਂਚ ਹੋਵੇਗੀ, ਮੈਂ ਜਾਂਚ ਵਾਲਾ ਸਵਾਲ ਨਹੀਂ ਕਰ ਰਿਹਾ, ਮੈਂ ਸਵਾਲ ਇਹ ਕਰ ਰਿਹਾ ਕਿ ਇਹ ਜਿਹੜੀ ਸਾਡੇ ਅਫਸਰਾਂ ਦੀ ਲਾਪਰਵਾਹੀ ਆ ਜਾਂ ਪੋਲੀਟੀਕਲ ਪ੍ਰੈਸ਼ਰ ਹੈਗਾ, ਇਹਨੂੰ ਮੁਕਾਉਣ ਲਈ ਸਾਡੇ ਕੋਲ ਕੋਈ ਮੈਕਨਿਜ਼ਮ ਹੈ ਜਾਂ ਨਹੀਂ? ਹੈ। ਹਾਂ, ਲੋਕ ਸ਼ਕਤੀ, ਲੋਕਾਂ ਨੂੰ ਅੱਗੇ ਆਉਣਾ ਪਊਗਾ, ਬਿਲਕੁਲ ਆਉਣਾ ਪਊਗਾ, ਇਹ ਸਾਡੀ। ਫਿਰ ਮੈਂ ਇਸ ਮੰਚ ਤੋਂ ਲੋਕਾਂ ਨੂੰ ਅਪੀਲ ਕਰਦਾ, ਕਿਸੇ ਨੇ ਮੋਮਬੱਤੀਆਂ ਨਹੀਂ ਜਗਾਉਣੀਆਂ, ਗੁੱਸਾ ਦਿਖਾਉਣਾ, ਤਾਂ ਹੀ ਪਤਾ ਲੱਗੂ। ਮੇਰੇ ਖਿਆਲ ਕੁਛ ਦਿਖਾ ਵੀ ਰਹੇ, ਹੋਰ ਦਿਖਾਉਣਾ ਚਾਹੀਦਾ। ਜਦ ਤੱਕ ਘੇਰਾਬੰਦੀ ਰਾਜਨੀਤਿਕ ਲੋਕਾਂ ਦੀ ਨਹੀਂ ਹੁੰਦੀ, ਇਹ ਸੁਧਰਨ ਵਾਲੇ ਨਹੀਂ। DC ਨੂੰ DC ਦੇ ਜਿਹੜੇ ਘਰ ਦਾ ਜਾ ਕੇ ਪੱਕਾ ਘਰਾਓ ਕਰਨਾ ਚਾਹੀਦਾ, ਉਹਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਜਿਹੜੀਆਂ ਪਲੰਪ ਪੋਸਟ ਆ ਸਾਰੇ ਤੁਸੀਂ ਸੁੱਖ ਸੁਵਿਧਾ ਲੈਂਦੇ ਹੈਗੇ ਸਰਕਾਰੀ ਖਰਚੇ 'ਤੇ, ਅਤੇ ਤੁਹਾਡੀ ਕੋਈ ਜ਼ਿੰਮੇਵਾਰੀ ਵੀ ਬਣਦੀ ਆ। ਜਾ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾ ਕੇ ਦੇਖ ਲਓ, ਉਹਨੇ ਮੁੰਡੇ ਬੱਚੇ ਲਾਇਬ੍ਰੇਰੀ 'ਚ ਅੰਦਰ ਬੈਠ ਕੇ ਪੜ੍ਹਾਈ ਨਹੀਂ ਕਰ ਰਹੇ ਹੁੰਦੇ, ਜਿੰਨੇ IAS ਦੀ ਤਿਆਰੀ ਕਰ ਰਹੇ, IPS IAS ਦੀ, ਕਾਹਦੇ ਲਈ ਕਰ ਰਹੇ? ਦੇਸ਼ ਸੇਵਾ ਲਈ ਕਰ ਰਹੇ ਆ, ਇਹਨਾਂ ਕੰਮਾਂ ਲਈ ਕਰ ਰਹੇ ਆ, ਪੈਸੇ ਕਮਾਉਣ ਲਈ। ਇਸ ਕਰਕੇ ਜੋ ਲੁੱਟ ਮੱਚੀ ਹੋਈ ਹੈ ਸਾਡੇ ਦੇਸ਼ ਦੇ ਅੰਦਰ ਸਰਕਾਰ ਦੇ ਨਾਂ 'ਤੇ, ਐਡਮਿਨਿਸਟ੍ਰੇਸ਼ਨ ਦੇ ਨਾਂ 'ਤੇ, ਉਹਦਾ ਕੋਈ ਅੰਤ ਨਹੀਂ ਰਿਹਾ। ਔਰ ਸਭ ਤੋਂ ਰਸਮਜੀਤ ਸਿੰਘ, ਮੈਂ ਥੋੜ੍ਹਾ ਰੋਕ ਰਿਹਾ ਤੁਹਾਨੂੰ, ਉੱਥੇ ਲੋਕ ਆਮ ਚਰਚਾ ਕਰਦੇ ਪਏ, ਮੈਨੂੰ ਇਹਨਾਂ ਬਾਰੇ ਫੈਕਟਸ ਨਹੀਂ ਪਤਾ, ਪਰ ਲੋਕਾਂ ਦੇ ਸਵਾਲ ਹੈ, ਮੈਂ ਜ਼ਰੂਰ ਪੁੱਛਦਾ। ਉਹ ਰਸਮਜੀਤ ਸਿੰਘ, ਉਹ ਕਹਿੰਦੇ ਆ ਕਿ ਮਹੀਨਾ ਬੰਨਿਆ ਹੋਇਆ ਸੀ ਉੱਥੇ। ਨਹੀਂ ਨਹੀਂ ਹੈਗਾ, ਮੈਂ ਤਾਂ ਕਹਿੰਦਾ ਇੰਸਪੈਕਟਰ ਜਾਂਦੇ ਆ, ਇਹ ਥੋੜ੍ਹੀ ਕੋਈ ਇੰਝ ਹੀ ਹੋ ਜਾਂਦਾ, ਕਾਗਜ਼ ਸਾਰਾ ਕੁਛ ਠੀਕ ਆ, ਪੈਸਾ ਲੈ ਕੇ ਇੰਸਪੈਕਟਰ ਔਖੇ ਕਰ ਦਿੰਦਾ, ਪੁਲਿਸ ਵਾਲੇ ਵੀ ਔਖੇ ਥੋੜ੍ਹਾ ਜਿਹਾ ਪੈਸਾ ਲੈ ਕੇ ਕਰ ਦਿੰਦੇ ਆ, ਗਾਂ NOSU ਵਾਲੇ ਕਰ ਦਿੰਦਾ, ਇੰਝ ਹੀ ਚੱਲੀ ਜਾਂਦਾ ਸਾਰਾ ਕੁਛ, ਅਤੇ ਗਾਂ ਉੱਪਰ ਤੱਕ ਮਿਨਿਸਟਰ ਤੱਕ ਜਾਂਦਾ। ਜੇ ਮਿਨਿਸਟਰ ਸਟ੍ਰਿਕਟ ਹੋਵੇ, ਉੱਪਰੋਂ ਸਭ ਤੋਂ ਹੋਵੇ, ਉਹਦੀ ਕੋਈ ਆਪਣਾ ਨਿੱਜੀ ਇੰਟਰਸਟ ਨਾ ਹੋਵੇ, ਕਿਸੇ ਨੂੰ ਹੇਰਾ ਫੇਰੀ ਦਾ ਕੋਈ ਨਾ ਹੋਵੇ, ਉਹਨੇ ਬਿਲਕੁਲ ਰੂਲ ਆਫ ਲਾਅ ਫਾਲੋ ਕਰਨਾ ਹੋਵੇ, ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ DC ਨਾ ਕੁਛ ਕਰੇ ਅਤੇ ਪੁਲਿਸ ਨਾ ਕੁਛ ਕਰੇ ਅਤੇ ਕਿੱਦਾਂ ਨਾ ਕੁਛ। ਇਹ ਸਾਰਿਆਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਜਿਹੜੇ ਰਾਜਨੀਤਿਕ ਲੋਕ ਆ ਵਰਤਦੇ ਆ, ਸਾਰਿਆਂ ਨੂੰ ਕਾਣੇ ਕੀਤਾ, ਸਾਰਿਆਂ ਨੂੰ ਕਰਪਟ ਕੀਤਾ। ਸਾਰਿਆਂ ਦਾ ਮਤਲਬ ਇਹ ਨਹੀਂ ਕਿ 100%, ਜਿਹੜੇ ਚੰਗੇ ਬੰਦੇ ਆ ਉਹ ਸਾਰੀ ਉਮਰ ਪਛਤਾਉਂਦੇ ਆ। ਖੇਮਕੇ ਦਾ ਹਾਲ ਦੇਖ ਲਓ, ਮੈਂ ਹੋਰ ਕਿੰਨਿਆਂ ਬੰਦਿਆਂ ਦਾ IAS ਸੀਨੀਅਰ ਦਾ ਜਾਣਦਾ, ਜਿਨ੍ਹਾਂ ਨੇ ਜਿਹੜੀ ਦਫ਼ਤਰ ਦੀ ਚਾਹ ਤੱਕ ਨਹੀਂ ਪੀਤੀ, ਆਪਣੇ ਘਰੋਂ ਚਾਹ ਲੈ ਕੇ ਆਉਂਦੇ ਸੀ, ਅਤੇ ਲੋਕਲ ਬੱਸ 'ਤੇ ਵੀ ਬਹਿ ਕੇ ਆਉਂਦੇ ਆ ਕਿ ਸਰਕਾਰੀ ਗੱਡੀ ਅਸੀਂ ਘਰੋਂ ਆਉਣ 'ਤੇ ਦਫ਼ਤਰ ਲਈ ਨਹੀਂ ਵਰਤਣੀ, ਪਰ ਉਹਨਾਂ ਨੂੰ ਸਾਰੀ ਉਮਰ ਇਹਨਾਂ ਸਰਕਾਰਾਂ ਨੇ ਕੰਮ ਨਹੀਂ। ਸਾਡੇ ਦੇਸ਼ ਦੇ ਅੰਦਰ KP ਸਿੰਘ, ਜਿੰਨੀ ਘੱਟ ਕਦਰ ਜ਼ਿੰਦਗੀ ਦੀ ਹੈਗੀ ਆ, ਇਨਸਾਨੀਅਤ ਦੀ ਹੈਗੀ ਆ, ਉਹਨਾਂ ਨਾਲੋਂ ਤਾਂ ਗਾਵਾਂ ਹੀ ਚੰਗੀਆਂ। ਉਹਨਾਂ ਨੂੰ ਪੱਠੇ ਪਾ ਪਾ ਕੇ, ਟੈਕਸ ਲਾ ਲਾ ਕੇ, ਮਤਲਬ ਸਾਂਡ ਜਿਹੜੇ ਪਾਲੇ ਹੋਏ ਆ, ਉਹ ਉਹਨਾਂ ਦੀ ਖਾਤਰ, ਬੰਦਿਆਂ ਨੂੰ ਮਾਰੀ ਜਾਂਦੇ ਸਾਂਡਾਂ ਦੀ ਖਾਤਰ। ਇਸ ਕਰਕੇ ਸਾਡੇ ਆਵਾ ਉੱਤੇ ਆ ਇਹ, ਜਦ ਤੱਕ ਜਿਹੜਾ ਪਹਿਲਾ ਸਵਾਲ ਜਿੱਥੋਂ ਤੁਸੀਂ ਕੀਤਾ, ਲੋਕ ਅੱਗੇ ਨਹੀਂ ਆਉਂਦੇ, ਇਹਨਾਂ ਦੀ ਜਵਾਬਦੇਹੀ ਨਹੀਂ ਕਰਦੇ, ਇਹ ਇੰਝ ਹੀ ਚੱਲਦਾ ਰਹੋ। ਠੀਕ ਹੈ, ਗਗਨਦੀਪ ਚੱਡਾ, ਮੁੱਖ ਵਿਰੋਧੀ ਧਿਰ, ਮੈਂ ਆ ਰਿਹਾ ਚੱਡਾ ਬਰਾੜ ਸਾਹਿਬ ਤੁਹਾਡੇ ਕੋਲ, ਤੁਸੀਂ ਮੁੱਖ ਵਿਰੋਧੀ ਧਿਰ ਹੋ, ਜੇ ਤੁਸੀਂ ਇਸ ਵਕਤ ਸੱਤਾ ਵਿੱਚ ਖੁਦ ਹੁੰਦੇ, ਤੁਸੀਂ ਪਹਿਲੀ ਕਾਰਵਾਈ ਕੀ ਕਰਦੇ? ਸਰ, ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਜਿੰਨੇ ਵੀ ਇਨਵੋਲਵਡ ਆਫੀਸਰਸ ਹੈ ਉਹਨਾਂ ਨੂੰ ਛੁੱਟੀ 'ਤੇ ਭੇਜ ਕੇ ਨਿਰਪੱਖ ਜੁਡੀਸ਼ੀਅਲ ਕਿਸੇ ਸਿਟਿੰਗ ਮੈਜਿਸਟ੍ਰੇਟ ਤੋਂ ਇਹਦੀ ਡਿਮਾਂਡ ਕਰਦੇ ਕਿ ਇਨਕੁਆਇਰੀ ਕਰੇ, ਸੋ ਦੈਟ ਇੱਕ ਪ੍ਰੋਪਰ ਨਿਕਲ ਕੇ ਆਵੇ। ਜੇ ਇਹਦੇ ਵਿੱਚ ਕੋਈ ਵੱਡੇ ਮਗਰਮੱਛ ਵੀ ਇਨਵੋਲਵਡ ਨੇ, ਕਿਸੇ ਨੂੰ ਵੀ ਬਖਸ਼ਿਆ ਨਾ ਜਾਂਦਾ। ਟਾਈਮ ਲਾਈਨ ਡਿਫਾਈਂਡ ਪੂਰੀ ਡੈਡਲਾਈਨ ਦੇ ਨਾਲ ਇੱਕ ਜਾਂਚ ਅਨਾਊਂਸ ਕਰਦੇ, ਅਤੇ ਜਿਹੜੇ ਕੰਪਨਸੇਸ਼ਨਸ ਆ ਉਹਨਾਂ ਨੂੰ ਵੀ ਟਾਈਮਲਾਈਨ ਬਾਊਂਡ ਕਰ। ਠੀਕ ਹੈ, ਚੰਗੀ ਸਿੰਘ ਬਰਾੜ, ਤੁਹਾਡੀਆਂ ਸਰਕਾਰਾਂ ਵੀ ਰਹੀਆਂ ਇਸ ਤੋਂ ਪਹਿਲਾਂ, ਸਵਾਲ ਤੁਹਾਡੇ 'ਤੇ ਵੀ ਉੱਠਣਗੇ ਬਰਾੜ ਸਾਹਿਬ, ਹੁਣ ਤੁਹਾਡੇ ਵਿਧਾਇਕ ਵੀ ਹੈਗੇ ਆ ਉੱਥੇ। ਬਰਾੜ ਸਾਹਿਬ, ਸਵਾਲ ਇਹ ਹੈਗਾ ਕਿ ਪੋਲੀਟੀਕਲ ਪ੍ਰੈਸ਼ਰ ਦਾ ਇੱਕ ਜ਼ਿਕਰ ਹੋ ਰਿਹਾ, ਇਸ ਪੋਲੀਟੀਕਲ ਪ੍ਰੈਸ਼ਰ ਦੇ ਵਿਚਾਲੇ ਕੀ ਉੱਥੇ ਅਫਸਰਸ਼ਾਹੀ ਕੰਮ ਨਹੀਂ ਕਰ ਪਾ ਰਹੀ?
देखो मैं इनू तिने चारे गल्लां मैं सारे पैनलिस्ट दियां सुन लिया। मैं एक बेनती कर दिया, पोलिटिकल बंदियां दा काम है कानून बनाउणा ते एडमिनिस्ट्रेशन दा काम है कानून नू लागू करना। ते जदों आंदे आ वी पोलिटिकल प्रैशर पैंदा ओह है, जे प्रैशर चलदे आ ते ओह है पैसे कमाउण दा इक जरिया। वरना तो मैंने एक दसो गुरदासपुरों बदल के डबवाली ला दें तो डबवाली वाले डेरा बसी ला दें तो डेरा बसी वाले जलालाबाद ला दें, तनखाह तो कोई फर्क नहीं पैंदा। सवाल निजी इंट्रस्ट होंगे तो सिटिया कल पोलीटिशन से जाता है। मैंने एक दसो एक मंत्री ने कहता भी यार लाइसेंस आउट हाउस की वे जाके तू देना है, तो उत्थे डीसी लिखते भी शर्तां पूरियां नहीं होंदियां, नहीं हो सकता, तो मैं दसो भी मंत्री की कर लू, वो तो वह बदली है ना। इस करके मैं एक बेनती करा, कल पोलीटिशनां नूं तां कल्ला बदनाम किया जाता है। मैं एक गल की मंग करूंगा, भावें साड़ी सरकार वेले होया भावें हुण वाली वेले तां कहिंदे रिन्यू ही नहीं होया, जिन्ना जिन्ना अफसरां ने रिपोर्टां करके रिन्यू किया घट्टो घट्ट उन्हां ते मर्डर दे परचे दर्ज होने चाहिए। क्योंकि जे रिपोर्ट दे विच पुलिस ने नहीं लिखिया, चाहे ओह तुहाडी सरकार वाले अफसर लगे होण, चाहे ओह मैं कहना किसी सरकार दा होवे, सरकार नाल कोई मतलब नहीं। जे रिपोर्ट दे विच पुलिस ने लिखिया भी इत्थे रहायशी एरिया ते डीसी ने उन्हूं ओवररूल किया, तां डीसी ते कल्ले ते होना चाहिए, वह पुलिस अफसर बचने चाहिए। ते जे पुलिस अफसरां ने पहलां बचाया भी उन्हों लुकोया उस चीज़ में जी आबादी है जो चीज़ा लुकोईया तो उन्होंने भी होना चाहिए, तो फिर दूजा भी होना चाहिए। इस करके मैं एक बेनती कर दिया, सरकार कोई भी हूँ अखीर जोड़ा काम है वह एडमिनिस्ट्रेशन ने करना है, तो जो एडमिनिस्ट्रेशन सही काम करे तो मेरा ख्याल है किसी एम एल ए मंत्री की की जरूरत हैगी कि कोई कर लूगा कोई कुछ कोई वो तो वी है बदली कर सकते। मान सिंह एम एल ए की जरूरत है, तुम आदा काम करो। देखो ये सवाल बड़ा लंबा चौड़ा बहस का है, प्रदीप जी कुछ भी तुसी कह सकते हो, पर लेकिन ओवरऑल जेड़ा एडमिनिस्ट्रेशन हैगा, एडमिनिस्ट्रेशन ते इन्ना ज़्यादा दबाव हैगा पॉलिटिशियंस का कि दे आर नॉट अलाउड टू ईवन वर्क प्रॉपरली। जेड़ा बंदा इस पासे नूं आउंदा उहनूं दूजे नूं उन्होंने होर पासे ला देंदे ने, ते दूजा जेड़ा वॉलंटियर आउंदा इक होर पहला ही खड़ा आउंदा, उह कहिंदा जी मैनूं ला दो मैं थोड़े सारे काम करूँगा। दिस थिंग्स आर हैपनिंग। लेकिन यह जो केस हैगा ना, मैं पर्टिकुलर वी आर टॉकिंग अबाउट दिस केस, ये सब तो बड़ी प्रॉब्लम यह हैगी है कि जिस वेले लाइसेंस रिन्यू हुंदा, रिन्यूअल ते रिपोर्ट हुंदी, उहदा मतलब ही यही हुंदा है। उहदे ते पूरी देखना पैंदा कि जी ये जिहड़ा फैक्ट्री हैगी किन्ने वर्कर ने, कित्थे स्थित हैगी, क्या बनाउंदी आ, की हैगी है, पूरी रिपोर्ट जांदी है डीएम कोल, उस तो बाद ही डीएम अगे पे। डीसी जिम्मेवार है जां पुलिस? बोथ आर रिस्पोंसिबल इक्वली, दोनों रिस्पोंसिबल। अच्छा, इन्होंने एक मांग की थी कि मर्डर का परचा होना चाहिए, किंते होना चाहिए, डीसी जां एसएसपी? जेड़ा जेड़ा मर्डर दे परचे दा सवाल हैगा ना, मर्डर दे परचे दा तां पहला तां एस्टैब्लिश करो कि फैक्ट्री कदों बनी। नहीं एक वो तो अगे देखो भी किने किने रिन्यूअल कराया, उन्होंने की रिपोर्टां हैगियां ने, मजिस्ट्रेट ही जांच दे विच ओ सारीयां रिपोर्टां कड्डियां जाणगियां। इनक्वायरी तो बाद पता लगूगा उन्होंने किदा रिकॉर्ड देखा किदा नहीं देखा। मैं इन्नी क गल कहनी चाहना, बरगाड़ी वाला केस चिट्टे दिन दिहाड़े पुलिस वालों बंदे मारे गए आ, अज तक चार साल जो कुछ नहीं होया और किनिया सिट सब कुछ पिछे ही जज भी लग गए, ता नहीं कुछ होया, नहीं हुंदा इत्थे कुछ। मैं होर छोटा ब्रेक लैना, ब्रेक तो वापस आवां कि हालांकि जो पैनल दे विच असीं डिबेट करते हैं तो कुछ इहो जिहियां चीज़ां सामने आ जांदियां जो लगता कि जांच दे विचों कुछ निकलेगा नहीं, पर जे आवाज़ चुकनी बंद कर दोगे फिर तो कुछ भी नहीं निकलना, आवाज़ तो चुकते रहना। ब्रेक तो वापस आ रहे हैं, आवाज़ जरूर चुकांगे। सवाल क्यों पूछ रहे, बड़ा सवाल असं पूछे कि बटाला धमाके तो बाद हर पद्धति लापरवाही तो फुल स्टॉप लगेगा, इस सवाल से असं बहस कर रहे हैं। तो असं लगातार पूछ रहे हैं कि जिम्मेवार कौन हैगा, गुनहगार कौन हैगा, तो जिन्हों के सवाल चुके जा रहे हैं उन्होंने बारे भी समझना जरूरी हैगा। सवाल उन्होंने चुके जा रहे हैं डिप्टी कमिश्नर गुरदासपुर से, एस डी एम से, एस एस पी से, एस एच ओ जिहड़ा उस इलाके दा एस एच ओ हैगा, उत्थों दा विधायक है जिहड़ा, उस ते सवाल चुके जा रहे हैं। नगर कौंसल ते उहदा कौंसलर है जिहड़ा, उन ते सवाल चुके जा रहे, नगर कौंसल प्रधान ते सवाल चुके जा रहे हैं। एक होर भी है जिनते सवाल चुके जाने हैगे आ, पर उत्थे हुंदे नहीं, इस करके असीं उन्हां दा जिक्र भी नहीं कर रहे कि उत्थों ते मैंबर पार्लीमेंट, उन्हां ते भी सवाल चुके जाने चाहिए हैगे आ। इन्हां सारे ते सवाल चुके जाने चाहिए आ, ते उन्हां सवाल चुके जाण तों बाद ही पता लगेगा कि असल गुनहगार कौन है, जिम्मेवार कौन है। ते असीं डिबेट नूं अगे वधाउंदे आ। सिद्धू साहब, सवाल एक जिहड़ा हुण इत्थे आया कि पुराना रिकॉर्ड सारा खंगालिया जाए,
देखा जाए किन्ने किन्ने लाइसेंस दिता किन्ने किन्ने रिन्यू किया की उन्हें शर्तां सी जिहड़ियां उन्हें पूरियां कीतियां जां नहीं कीतियां। सिद्धू साहब फिर वह तो लैके जे असी 22 साल जे असी प्रशासन की मनीए 22 साल पुराने SSP उस दौरान जिहड़े रहे आ उस दौरान जिहड़े DC रहे आ जां SDM रहे आ SHO रहे आ उन्होंने उन्हों का रिकॉर्ड चैक करना बंद है। सिद्धू साहब देखो जितों तक जे तुसी डेट एंड पनिशमेंटल जाना है इनकुआरी दे रिजल्ट वाल जाना है तो जो कुछ तुसी कहा वो सब कुछ होना चाहिए। चलो पर उस तो भी वध है कि प्रोफेसर मनजीत सिंह ने कहा लोगों अगे आना पेगा नौजवान साढ़े पॉलिटिशियन ने बराड़ साहब इन्होंने कहा कि पॉलिटिशियन की कोई जिम्मेवारी नहीं उन्होंने बदनाम किया जाता है। बराड़ साहब तुहाडे नाल नौजवान तुसी मैं बहस तो शायद ना कर सकां पर विचार करांगा कि इस गल नूं इस इनकुआरी कदों आउंदी है की आउंदी है आइडियल होनी चाहिए सही होनी चाहिए टाइम बाउंड होनी चाहिए। पर कहानी यह है कि लोगों की गल भी आप कर लिए लोग कौन है आप ही लोग हैं अज तो ही तुसी जिहड़े कुताहीकार ने दूजे शहरां विच इस शहर दे विच कुताहीकारां दी हुण पुछ शुरू करो पुछ गिछ कि किन्ने अनलाइसेंस बैठे ने किन्ने इत्थे जिन्हां ने नवीनीकरण नहीं कराया वो बैठे ने किन्ने रूल्स कानून दी वायलेशन कर रहे ने उन्हां ते एक्शन शुरू करो ते फिर बराड़ साहब मैनूं तुसीं दस्सिओ कि वोट बैंक पिछे पॉलिटिशियन मार नहीं खांदा ते फिर उदों आके नहीं कहिंदा कि DC साहब ये अपने ही बंदे है जी। तो मेरा अक्सर जवाब हुंदा सी अज मैनूं इत्थे लग्गा KP सिंह कि DC गुरदासपुर दे तौर ते मैनूं बिठाया वी आह बंदा है पर मैं कहना कि किन्ने बंदे आ जिन्हां नूं मैं पॉलिटिशियन नूं कहिंदा सी कि जे ये अपने बंदे जी गलत काम करदे ते DC कोई यतीमखाने आया DC ते कोई प्रेशर पाउंदे हो गल जी नतीजा निकल सकता कि जेडे हुण अगे डिफरेंट आस्पेक्ट्स दे विच फायर वाले हैगे नहीं मेरा सवाल बड़ा साधारण सी नहीं वायलेशन मेरा सवाल बड़ा साधारण सी ऑन मजिस्ट्रेटी जांच दे नाल कुछ निकल सकदा जां सिटिंग जज तो जांच होनी चाहिए है। सिटिंग जज दा मतलब हाई कोर्ट दे हाई कोर्ट दे हां ओ उस जदों उन्हां दा स्टेटस ऊपर हो जाएगा तो सर्टनली होर कोख होएगी निरपक्ष होएगी ठीक है। हां जी हां जी ब्राट साहब मैं एक गल सिद्धू साहब दी नाल सहमत हैगा कि पॉलिटिशियन जिहड़े टेलीफोन भी करदे आ धरने भी दिंदे आ ते कोशिश करदे आ जाके मिलके भी कोशिश करदे आ गल करन दी और सिद्धू साहब शायद इस गल तो थोड़ा जा जक गए गल कहन तो मैं कह दिना कि इन्हां नूं CM तक दे भी फोन जांदे रहे समय समय दे तक दे ते जे ये जवाब दे दिंदे सी अगों तो CM कोई डांग नहीं सी मारदा मतलब क्योंकि CM भी समझ जांदा जां मंत्री भी समझ जांदा भी इस अफसर ने गलत काम नहीं करना तो मैनू लगता भी जिन्नी शान नाल सिद्धू साहब होरां ने नौकरी की है बहुत घट अफसरां दा होणगे जिहड़े जिवें इन्हां ने नौकरी की है उवें कर सकदे आ जे बंदे नूं जे लोकां नूं ते पॉलिटिशियनां नूं पता हुंदा कि इस बंदे ने गलत काम नहीं करना। मैं फिर दोहराउणा कि पॉलिटिशियन दा काम करना है फोन करना है पब्लिक दे कहे तों पॉलिटिशियन ने पब्लिक दे कहे तों जाके धरना भी देना है पॉलिटिशियन ने जिहड़ा हैगा जाके आपदी कोशिश करके काम कराउण दी कोशिश भी करनी है पर फिर मैं कहना कि असली कस्टोडियन जिहड़ा हैगा उस डिस्ट्रिक्ट दे विच जिन्हें लॉ लागू करना है जां जिन्हें कानून लागू करना है उस संबंधित अफसर हुंदा है ते जे उह अफसर ना करे गलत काम ते मैनूं ये तो दस दो भी अज तक किसी ने गोली मारती हो अफसर दे सवाए बदली तो किसी मंत्री दे किसी मुख्यमंत्री दे किसी दे एदू वध पल्ले नहीं हुंदा गा वध तो वध बदली कर सकदे आ ते जे अफसर सही काम करन ते फिर की गल हैगी बदली गल बदली विच इक गल हुंदी है खुड्डे लैण लाउणा ते फिर की होगा जी कोई फर्क नहीं पैंदा फिर की हो गया सिद्धू साहब दी मैं उदाहरण इह आपदे मूंह नहीं बोल के दस सके मैं दस दिंदा इस करके मैं बेनती इस गल करदा भावें खुड्डे लैण किते लग जाण किते भी तनखाह नहीं घट मिलदी इहदा मतलब लालच आपदे हुंदे आ बदनाम कल्ले पॉलिटिशियन नूं करदे पॉलिटिशियन ने तां कहणे चाहीदे काम हां हां सिद्धू साहब बराड़ साहब तुहाडे इहनां जी टिप्पणी है ऑब्जरवेशन है बिल्कुल मैं सहमत हाँ पर बदली दे विच भी जिहड़ा बदली का प्रैशर है उन्हां दे बाल बच्चे जो तीजे महीने स्कूल बदलते ना तो वह बड़ा वड्डा भय पैदा करता है। ठीक है हाँ जी रसमजीत सिंह रसमजीत सिंह सवाल यह है कि हुण अफसरशाही ते सियासतदान इन्हां विच बहस शुरू हो गई बराड़ साहब नूं ना थोड़े जिहा दूजे पासे चले गए बड़े सियाणे आ मतलब वधिया बहस करदे आ पर मेरा इत्थे विचार थोड़ा जिहा इस तरह का
कि जे पॉलिटिशियन यहो जे मैं देखे आ सतपाल डांग वर्गे जेडे बिल्कुल झुग्गी झोंपड़े जे AK रॉय पिछे जे उन्हां दी डैथ होई आ तीन वारी इंडिपेंडेंट बिना किसी पार्टी तो जीते तो झुग्गी झोंपड़ी च रहिंदे रहे आ इत्थे झारखंड एरिए दे विच तीन वारी MP रहे आ ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਬਿਲਕੁਲ ਸਾਧੂ ਵਾਂਗ ਨਿਧੜਕ ਸੇਵਾ ਵੀ ਕੀਤੀ ਪੋਲਿਟਿਕਸ ਵੀ ਕੀਤੀ ਤੇ ਇੱਕ ਪੈਸਾ ਨਹੀਂ ਲਾਇਆ ਉਹ ਗਲਤ ਕੰਮ ਕਿਸੇ ਨੂੰ ਕਹਿੰਦੇ ਹੀ ਨਹੀਂ ਕਿਉਂ ਕਰਨਾ ਗਲਤ ਕੰਮ ਤੁਸੀਂ ਕਹੋਗੇ ਤੁਸੀਂ ਕਹਿੰਦੇ ਆ ਨਾ ਕਿ ਬੰਦਿਆਂ ਨੇ ਅਸੀਂ ਕਰਨਾ ਜੀ ਸਾਨੂੰ ਤੇ ਕਹਿਣਾ ਪੈਂਦਾ ਕਿਉਂ ਕਹਿਣਾ ਪੈਂਦਾ ਬਈ ਅਗਲੀ ਵਾਰ ਨਹੀਂ ਨਹੀਂ ਵੋਟਾਂ ਪਾਉਣੀਆਂ ਨਾ ਪਾਉਣ ਇੱਕ ਸਵਾਲ ਮੈਂ ਨਹੀਂ ਕਰਨਾ ਚਾਹੁੰਦਾ ਸੀ ਪਰ ਮੇਰੇ ਜ਼ਿਹਨ ਦੇ ਵਿੱਚ ਆ ਗਿਆ ਹਾਂ ਸਵਾਲ ਇਹ ਹੈਗਾ ਕਿ ਜਿਹੜੇ ਫੈਕਟਰੀ ਮਾਲਕ ਸੀਗੇ ਆ ਜਿਹੜੇ ਸਮਾਗਮ ਹੁੰਦੇ ਆ ਉੱਥੇ ਵੱਡੇ ਵੱਡੇ ਸਮਾਗਮ ਉਹਨਾਂ ਵਿੱਚ ਫ੍ਰੀ ਆਤਿਸ਼ਬਾਜ਼ੀਆਂ ਪਟਾਕੇ ਚਲਾਉਂਦੇ ਸੀਗੇ ਉਹਨੇ ਇਹ ਤਾਂ ਸਾਰਾ ਕੁਝ ਚੱਲ ਹੀ ਰਿਹਾ ਮੈਂ ਕਿਹਾ ਬੜੇ ਬੜੇ ਕਾਦੇ ਲਈ ਚਲਾ ਰਿਹਾ ਸੀ ਆਪਦੇ ਆਪ ਨੂੰ ਉੱਚਾ ਦਿਖਾਉਣ ਦੇ ਲਈ ਜਾਂ ਸੇਵਾ ਭਾਵ ਨਾਲ ਸੀ ਮੈਂ ਕਿਸੇ ਸਮਾਗਮ ਤੇ ਸਵਾਲ ਨਹੀਂ ਚੁੱਕ ਰਿਹਾਗਾ ਸਵਾਲ ਉਸ ਦੀ ਐਂਟਰੀ ਤੇ ਚੁੱਕ ਰਿਹਾ ਹਾਲਤ ਇਹ ਹੈ ਕਿ ਜੇ ਇੱਕ ਪੋਲੀਟੀਸ਼ੀਅਨ ਜਾਂ ਕਿਸੇ MP ਦਾ ਜਾਂ ਰਿਪਿਊਟਡ ਕਿਸੇ ਵੀ ਪੋਲੀਟੀਸ਼ੀਅਨ ਦੇ ਕੁੜੀ ਮੁੰਡੇ ਦਾ ਵਿਆਹ ਹੋਵੇ ਨਾ ਉਹਨੂੰ 2 ਕਰੋੜ ਰੁਪਈਆ ਬਚਦਾ ਔਰ ਜੇ ਕਿਸੇ ਗਰੀਬ ਦਾ ਹੋਵੇ ਤਾਂ ਫਾ ਲੈ ਕੇ ਮਰਦਾ ਹੁਣ ਤੁਸੀਂ ਉੱਥੇ ਪਹੁੰਚ ਗਏ ਜਿਹੜਾ ਸਵਾਲ ਮੈਂ ਲੈ ਕੇ ਆਇਆ ਸੀ ਕਿੱਥੋਂ ਆਉਂਦਾ ਅਕਸਰ ਉਹ ਪਟਾਕੇ ਚਲਾਉਂਦਾ ਰਿਹਾ ਅਕਸਰ ਉਹ ਚਲਾਉਂਦੇ ਰਹੇ ਪਟਾਕੇ ਮੈਂ ਤੇ ਕਹਿੰਦਾ ਇਹ ਗੱਲ ਮੇਰੇ ਵੇਖਣ ਦੀਆਂ ਗੱਲਾਂ ਇਹ ਪ੍ਰੋਫੈਸਰ ਸਾਹਿਬ ਮੈਂ ਇੱਕ ਗੱਲ ਨਾਲ ਤੁਹਾਡੀ ਨਾਲ ਸਹਿਮਤ ਨਹੀਂਗਾ ਅਫਸਰ ਤੇ ਪੋਲੀਟੀਸ਼ੀਅਨ ਕੋ ਕੱਲੇ ਪੋਲੀਟੀਸ਼ੀਅਨ ਨੂੰ ਨਾ ਵਾਲੀ ਚਲੋ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ ਕਿ ਹੋ ਸਕਦਾ ਸਾਰੇ ਕੋਈ ਕਿਸੇ ਗੱਲ ਪਰ ਮੈਂ ਇੱਕ ਤੁਸੀਂ ਇੱਕ ਧਿਰ ਨੂੰ ਜਦੋਂ ਕਰਦੇ ਹੋ ਤਾਂ ਤੁਸੀਂ ਕੱਲੇ ਪੋਲੀਟੀਸ਼ੀਅਨ ਨਹੀਂ ਨਹੀਂ ਬ੍ਰਾਟ ਸਾਹਿਬ ਜੇ ਪਤਾ ਲੱਗ ਜੇ ਨਾ ਅਫਸਰ ਨੂੰ ਮੇਰੀ ਮੇਰਾ ਇਹ ਗਲੋਂ ਹੱਥ ਪਾ ਲੂਗਾ ਆ ਕੇ ਜੇ ਮੈਂ ਗਲਤ ਕੰਮ ਕੀਤਾ ਸਵਾਲ ਹੀ ਨਹੀਂ ਕੋਈ ਅਫਸਰ ਗਲਤ ਮੇਰੀ ਇੱਕ ਬੇਨਤੀ ਸੁਣ ਲਓ ਕਿ ਜਿਹੜੇ ਪੋਲੀਟੀਸ਼ੀਅਨ ਨੇ ਫੋਨ ਕਰਨਾ ਉਹਨੂੰ ਕੀ ਪਤਾ ਵੀ ਕੰਮ ਸਹੀ ਹੈ ਕਿ ਗਲਤ ਹੈ ਇਹ ਤਾਂ ਜਦੋਂ ਕਲਮ ਚੱਕਣੀ ਹੈ ਤੇ ਫਾਈਲ ਤੇ ਕੀ ਲਿਖਿਆ ਤਾਂ ਅਫਸਰ ਨੇ ਦੇਖਣਾ ਚੰਜੀ ਬ੍ਰਾਟ ਇਹ ਸਾਰੇ ਮਾਮਲੇ ਕਿਉਂ ਹੋ ਸਕਦਾ ਸਾਰੇ ਕਿਸੇ ਨਾਲ ਸਹਿਮਤ ਨਹੀਂ ਹੋ ਸਕਦਾ ਤੇ ਜੇ ਜਦੋਂ ਪਰਚੇ ਦੇ ਦਾ ਸਵਾਲ ਆਊਗਾ ਤਾਂ ਪਰਚੇ ਦੇ ਵਿੱਚ ਉਹਨਾਂ ਦਾ ਨਾਂ ਤਾਂ ਆਊਗਾ ਹੀ ਆਊਗਾ ਨਾ ਕੋਈ ਬਚਾ ਹੋਇਆ ਚਲੋ ਠੀਕ ਹੈ ਅਸੀਂ FIR ਵੀ ਦੇਤੀ ਮੁੜ ਕੇ ਕਹਿ ਦੇਣਗੇ ਡੈਡ ਨੂੰ ਅਨਟ੍ਰੇਸ ਕਰ ਦੇਣਗੇ ਨਥਿੰਗ ਐਲਸ ਅਨਟ੍ਰੇਸ ਹੁਣ ਇਸ FIR ਦੇ ਵਿੱਚ ਜੇ ਅਪਡੇਟ ਕਰਨਾ ਹੋਵੇ ਮੌਕੇ ਦੇ ਅਫਸਰਾਂ ਨੂੰ ਉਹਨਾਂ ਦਾ ਨਾਮ ਵਿੱਚ ਪਾਇਆ ਜਾ ਸਕਦਾ ਇਹ ਜੇ ਇਸ FIR ਦੇ ਨੂੰ ਅਗਰ ਤੁਸੀਂ ਇਹ ਕਰਨਾ ਇਹਦੇ 'ਚ ਤੁਸੀਂ ਅਫਸਰਾਂ ਦਾ ਨਹੀਂ ਦੈਟ ਇਜ਼ ਇੱਕ ਥਰੋਲੀ ਇਨਕੁਆਇਰੀ ਚਾਹੀਦੀ ਹੈ ਉਹਦੇ 'ਚ ਤਾਂ ਉਸ ਇਨਕੁਆਇਰੀ ਤੋਂ ਬਾਅਦ ਦੈਟ ਇਨਕੁਆਇਰੀ ਵਿਲ ਨਾਟ ਕਮ ਓਨਲੀ ਟੂ ਦਾ ਮਰਡਰ ਉਸ ਇਨਕੁਆਇਰੀ ਤੋਂ ਉਹ ਤਾਂ ਸ਼ੁਰੂ ਤੋਂ ਪਹਿਲਾਂ ਆਉਣੀ ਆ ਉਹਦੇ 'ਚ ਫੋਰਜਰੀ ਕਿੱਥੇ ਹੋਈ ਪ੍ਰੋਬਲਮ ਕਿੱਥੇ ਉਸ ਇਨਕੁਆਇਰੀ ਤੋਂ ਬਾਅਦ ਕੀ ਉਹਨਾਂ ਅਫਸਰਾਂ ਦਾ ਜਿਹੜੇ ਇਸ ਪੂਰੇ ਕੇਸ ਨਾਲ ਸੰਬੰਧ ਰੱਖਦੇ ਸੀ ਉਹਨਾਂ ਦੇ ਨਾਮ ਵਿੱਚ ਆ ਸਕਦੇ ਆ ਕਿਉਂ ਨਹੀਂ ਆ ਸਕਦੇ ਚਲੋ ਚਲੋ ਮੇਰੀ ਬੇਨਤੀ ਸੁਣ ਲਓ ਕਿ ਇਹੋ ਜਿਹੀਆਂ 3 ਜਾਂ 4 ਵਾਰੀ ਜਿੰਨੇ ਵਾਰੀ ਉਹਨਾਂ ਨੂੰ ਰਿਨਿਊ ਹੋਇਆ ਲਾਇਸੈਂਸ ਤੇ ਉਹ ਇੱਕ ਫਾਈਲ 'ਚ ਹੀ ਹੈ ਤੇ ਮਾਨਯੋਗ ਹਾਈ ਕੋਰਟ ਹੀ ਸੂ ਮੋਟਰ ਲੈ ਲੇ ਇੱਕ ਵਾਰੀ ਸਬਕ ਸਿਖਾਉਣ ਲਈ ਕਿ ਉਹ ਸਾਰੀ ਫਾਈਲ ਵੇਖ ਲੈਣ ਵੀ ਕਿਹਨੇ ਰਿਪੋਰਟਿੰਗ ਕੀਤੀ ਕਿਹਨੇ ਲਾਇਸੈਂਸ ਕੀਤਾ ਤੁਹਾਡੀ ਗੱਲ ਠੀਕ ਹੈ ਬ੍ਰਾਟ ਸਾਹਿਬ ਪਰ ਸਾਰੇ ਮਾਮਲੇ ਦੇ ਵਿੱਚ ਇੱਥੇ ਨਹੀਂ ਹੋਣਾ ਚਾਹੀਦਾ ਤੇ ਓਵਰ ਰੂਲ ਸਾਰੇ ਮਾਮਲੇ 'ਚ ਕੋਰਟ ਇੰਟਰਵੀਨ ਕਿਉਂ ਕਰੇ ਤੁਹਾਨੂੰ ਲੋਕਾਂ ਨੇ ਜਿਤਾ ਕੇ ਭੇਜਿਆ ਉੱਥੇ ਲੋਕ ਤੁਹਾਡੇ ਤੋਂ ਉਮੀਦ ਕਰਦੇ ਆ ਵੀ ਤੁਸੀਂ ਕੁਝ ਫੈਸਲਾ ਕਰੋ ਸਵਾਲ ਹੈ ਸਾਰੇ ਕੋਰਟ ਤੋਂ ਇੰਟਰਵੀਨ ਕਰੇ KKB ਜੀ ਇੱਕ ਮੇਰੀ ਬੇਨਤੀ ਹੈ ਇੱਕ ਤਾਂ ਸਾਡੇ ਗਰਾਰੀ ਇੱਥੇ ਗਲਤ ਫਸੀ ਹੋਈ ਹੈ ਪਹਿਲੀ ਗੱਲ ਚਲੋ ਮੰਨ ਲਓ MP MLA ਲੋਕਲ ਕਹਿ ਲਓ ਉਹ ਕੀ ਸਜ਼ਾ ਦੇ ਸਕਦਾ ਇਹ ਤਾਂ ਜਿਹੜਾ DIG IG ਜਾਂ ਜਿਹੜਾ ਵੀ ਇਨਕੁਆਇਰੀ ਅਫਸਰ ਲੱਗੂਗਾ ਉਹਦੀ ਕਲਮ ਨਾਲ ਦਿੱਤੀ ਜਾਣੀ ਹੈ ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੰਨ ਲਓ ਮੁੱਖ ਮੰਤਰੀ ਸਾਹਿਬ ਨੇ ਅੱਜ ਮੈਜਿਸਟ੍ਰੇਟ ਦੀ ਜਾਂਚ ਕਰਤੀ ਤੁਹਾਡੀ ਤੇ ਸਾਡੀ ਸਾਰਿਆਂ ਦੀ ਮੰਗ ਹੈ ਕਿ ਜੁਡੀਸ਼ੀਅਲੀ ਕਰ ਦਿਓ ਤੇ ਟਾਈਮ ਬਾਉਂਡ ਹੀ ਕਰ ਦਿਓ 1 ਮਹੀਨੇ 'ਚ ਉਹ 1 ਫਾਈਲ ਤੋਂ ਤਾਂ ਪਤਾ ਲੱਗਣਾ ਬਾਹਰ ਤਾਂ ਜਾਣਾ ਹੀ ਨਹੀਂ ਵੀ ਉਹਦੇ 'ਚ ਲਿਖਿਆ ਕੀ ਹੈ ਰਿਪੋਰਟਾਂ 'ਤੇ ਠੀਕ ਹੈ ਹੋਰ ਥੋੜ੍ਹਾ ਬ੍ਰੇਕ ਲੈਣੇ ਬ੍ਰੇਕ ਤੋਂ ਵਾਪਸ ਆਵਾਂਗੇ ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਬਟਾਲਾ 'ਚ ਬਲਾਸਟ ਹੋਇਆ 23 ਮੌਤਾਂ ਹੋਈਆਂ ਤਿਉਹਾਰਾਂ ਤੋਂ ਪਹਿਲਾਂ ਇਹ ਬਹੁਤ ਵੱਡਾ ਹਾਦਸਾ ਹੋਇਆ ਪਰ ਇਸ 'ਤੇ ਦੁੱਖ ਜਿਤਾ ਕੇ ਕੁਛ ਨਹੀਂ ਹੋਣਾ ਗੁੱਸੇ ਨਾਲ ਸਵਾਲ ਪੁੱਛਣੇ ਪੈਣੇ ਆ ਜੋ ਸਵਾਲ ਨਹੀਂ ਪੁੱਛੋਗੇ ਫਿਰ ਕਾਰਵਾਈਆਂ ਹੋਣਗੀਆਂ ਨਹੀਂ ਅਤੇ ਮੁਆਵਜ਼ਾ ਰਾਸ਼ੀ ਜਿਹੜੀ ਰਾਹਤ ਰਾਸ਼ੀ ਜਿਹਨੂੰ ਮਾਲੀ ਇਮਦਾਦ ਕਿਹਾ ਜਾਂਦਾ ਹੈਗਾ 2 ਲੱਖ ਰੁਪਇਆ ਦੇ ਕੇ
ਆਪਦਾ ਪੱਲਾ ਨਹੀਂ ਚਾੜਿਆ ਜਾ ਸਕਦਾ। ਸਵਾਲ ਇਹ ਹੈਗਾ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਦਾ, ਜਿਹੜੇ ਉਹਨਾਂ ਦੇ ਪਰਿਵਾਰ ਦੇ ਵਿੱਚ ਬਾਕੀ ਮੈਂਬਰ ਬਚੇ ਆ ਉਹਨਾਂ ਦਾ ਕੀ ਬਣੇਗਾ, ਜਿਹੜੇ ਇਕੱਲੇ ਰੋਟੀ ਕਮਾਉਣ ਵਾਲੇ ਸੀਗੇ ਉਸ ਤੋਂ ਬਾਅਦ ਜਿਹੜਾ ਪਰਿਵਾਰ ਬਾਕੀ ਬਚਿਆ ਉਹਨਾਂ ਦਾ ਕੀ ਬਣੇਗਾ, ਉਹਨਾਂ ਦੇ ਪੜ੍ਹਾਈ ਲਿਖਾਈ, ਉਹਨਾਂ ਦਾ ਜਿਹੜਾ ਹੋਰ ਲਾਲਣ ਪਾਲਣ ਹੈਗਾ ਉਹਨਾਂ ਬਾਰੇ ਕੌਣ ਸੋਚੇਗਾ। ਬਹੁਤ ਸਾਰੇ ਸਵਾਲ ਇਹੋ ਜਿਹੇ ਹੈਗੇ, ਬ੍ਰੇਕ ਤੋਂ ਵਾਪਸ ਆ ਕੇ ਸਵਾਲ ਵੀ ਪੁੱਛਣੇ ਲਾਸਟ ਵੀ ਹੈ। ਸਵਾਲ ਇੱਕੋ ਪੁੱਛ ਰਹੇ ਹਾਂ ਕਿ ਬਟਾਲਾ ਧਮਾਕੇ ਤੋਂ ਬਾਅਦ ਹਰ ਪੱਧਰ ਦੀ ਲਾਪਰਵਾਹੀ 'ਤੇ ਫੁੱਲ ਸਟੋਪ ਲੱਗੇਗਾ। ਕੁਲਵੀਰ ਸਿੰਘ ਸਿੱਧੂ ਸਾਹਿਬ, ਬਹੁਤ ਸੰਖੇਪ ਵਿੱਚ ਮੈਨੂੰ ਜਵਾਬ ਚਾਹੀਦਾ ਇੱਕ ਤੁਹਾਡਾ। ਸਿੱਧੂ ਸਾਹਿਬ, ਜੇ ਅਸੀਂ ਥੋੜ੍ਹਾ ਜਿਹਾ ਮੁੱਢਲੀ ਕਾਰਵਾਈ ਕਰਨੀ ਹੋਵੇ, ਜਿਵੇਂ ਮੈਜਿਸਟਰੇਟੀ ਜਾਂਚ ਹੁੰਦੀ ਹੈ, ਜਿਵੇਂ ਤੁਹਾਡੇ ਵਰਗੇ ਡੀਸੀ ਨੇ ਜਾਂਚ ਕਰਨੀ ਹੋਵੇ, ਸਵਾਲ ਇਹ ਹੈਗਾ ਪਹਿਲੀ ਕਾਰਵਾਈ ਉਹ ਇੱਥੋਂ ਸ਼ੁਰੂ ਕਰ ਸਕਦਾ ਜਦੋਂ ਲਾਇਸੈਂਸ ਉਸ ਤੋਂ ਬਾਅਦ ਰਿਨਿਊ ਨਹੀਂ ਹੁੰਦਾ ਕਿ ਉੱਥੇ ਜੜ ਫੜੀ ਜਾ ਸਕਦੀ ਹੈ? ਦੂਜਾ ਸਵਾਲ ਇਹ ਹੈਗਾ ਕਿ ਉੱਥੇ ਜੜ ਫੜੀ ਜਾ ਸਕਦੀ ਹੈ ਜਦੋਂ ਇੱਥੇ ਇਸੇ ਫੈਕਟਰੀ ਦੇ ਵਿੱਚ ਪਹਿਲਾਂ ਧਮਾਕਾ ਹੁੰਦਾ, ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਗਈ? ਕਿ ਇਹਨਾਂ ਦੋਨਾਂ ਕੜੀਆਂ ਨੂੰ ਜੋੜਿਆ ਜਾ ਸਕਦਾ? ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇਹ ਜੀ ਕਿ ਆਪਣੇ ਹੀ ਸਿਸਟਮ ਦੇ ਵਿਰੁੱਧ ਜਾਂ ਆਪਣੇ ਹੀ ਕੁਲੀਗ ਦੇ ਵਿਰੁੱਧ ਇਨਕੁਆਇਰੀ ਕਰਨ ਲਈ ਤੁਹਾਨੂੰ ਡੀਸੀ ਭਾਲਣਾ ਪੈਣਾ ਵੀ ਉਹ ਕਿਹੜਾ ਡੀਸੀ ਹੋਵੇ ਜਿਹੜਾ ਬਹੁਤ ਇੰਪੋਰਟੈਂਟ ਦੇਖ ਸਕੇ, ਅਤੇ ਉਹ ਲੱਭਣਾ ਨਹੀਂ ਤੁਹਾਨੂੰ। ਪੋਲੀਟੀਸ਼ੀਅਨਸ ਔਰ ਬਹਿਸ ਦੀ ਗੱਲ ਨਹੀਂ, ਪੋਲੀਟੀਸ਼ੀਅਨਸ ਔਰ ਬਿਊਰੋਕਰੇਸੀ ਦੇ ਵਿੱਚ ਇੱਕ ਮੈਰਿਜ ਹੁੰਦੀ ਹੈ ਮਰਿਆਦਾ ਪੂਰਵਕ ਕਾਨੂੰਨ ਦੇ ਵਿੱਚ ਹੁੰਦੀ ਹੈ, ਪਰ ਇੱਥੇ ਹੋ ਰਹੀ ਹੈ ਮੈਰਿਜ ਆਫ ਕਨਵੀਨੀਅੰਸ। ਪੰਜਾਬੀ 'ਚ ਬਰਾੜ ਸਾਹਿਬ ਕਹਿੰਦੇ ਚੋਰ ਕੁੱਤੀ ਰਲੇ ਹੋਏ ਆ। ਉਹ ਚੋਰ ਕੁੱਤੀ ਕਿਉਂ ਰਲਦੇ ਆ? ਕੋਈ ਪੈਸਿਆਂ ਦੇ ਲਾਲਚ 'ਚ ਬਿਊਰੋਕਰੇਸੀ ਜਾਂਚ ਕਹਿ ਕੇ ਮੈਰਿਜ ਆਫ ਕਨਵੀਨੀਅੰਸ ਨੂੰ ਅੱਗੇ ਵਧਾਇਆ ਗਿਆ? ਲਗਭਗ ਕਹੋ, ਪਰ ਕਿਉਂਕਿ ਹੋ ਸਕਦਾ ਸਾਡਾ ਜਿਹੜਾ ਸਿਸਟਮ ਹੈ, ਜਿਹੜਾ ਮੈਜਿਸਟ੍ਰੇਟ ਲੱਗ ਜਾਏ ਕੋਈ ਚੰਗਾ ਲੱਗ ਜਾਏ ਜਿਹਦਾ ਕੋਈ ਕਿਸੇ ਦਾ ਨਾਂ ਤੋਂ ਬਾਅਦ ਚੱਲਦਾ, ਨਹੀਂ ਇਹ ਇੱਕ ਪ੍ਰੋਟੋਕਾਲ ਹੈ ਜਿਸ ਦੇ ਵਿੱਚ ਪਹਿਲਾਂ ਜੁਡੀਸ਼ੀਅਲ ਮੈਜਿਸਟ੍ਰੇਟ ਜਾਂ ਮੈਜਿਸਟਰੀਅਲ ਇਨਕੁਆਇਰੀ ਹੀ ਹੁੰਦੀ ਹੈ ਅੰਡਰ CRPC। ਚਲੋ ਠੀਕ ਹੈ, ਇਸ 'ਚ ਨਹੀਂ, ਪਰ ਅੱਗੇ ਹੈ ਕਿ ਦੇਖਣ ਵਾਲੀ ਗੱਲ ਹੈ ਕਿ ਨੋਇਅਤ ਕੀ ਹੈ, ਕਿੰਨਾ ਉਸਦਾ ਕੇਸ ਦੀ ਸੀਰੀਅਸਨੈਸ ਹੈ, ਕਿੰਨੀ ਉਹਦੀਆਂ ਇੰਪਲੀਕੇਸ਼ਨ ਹੈ। ਉਹਦੇ ਮੁਤਾਬਕ ਜੇ ਇੱਥੇ ਹਾਈਕੋਰਟ ਦੇ ਜੱਜ ਦੀ ਵੀ ਕਰਾ ਕੇ ਇਨਕੁਆਇਰੀ ਕਰਕੇ ਅੱਗੇ ਤੋਂ ਸੁਧਾਰ ਹੋ ਸਕਦਾ, ਉਹ ਤਾਂ ਜ਼ਰੂਰ ਕਰਨਾ ਚਾਹੀਦਾ, ਜ਼ਰੂਰ ਕਰਨਾ ਚਾਹੀਦਾ। ਗਗਨਦੀਪ ਚੱਡਾ, ਮੈਜਿਸਟ੍ਰੇਟੀ ਜਾਂਚ ਨਾਲ ਇਹ ਕਹਿੰਦੇ ਕਿ ਪਹਿਲੀ ਪੌੜੀ 'ਤੇ ਮੈਜਿਸਟ੍ਰੇਟੀ ਜਾਂਚ ਹੀ ਮਾਰ ਕਰਨੀ ਬਣਦੀ ਹੈ, ਸਾਨੂੰ ਕਿੰਨੀ ਦੇਰ ਇੰਤਜ਼ਾਰ ਕਰਨਾ ਚਾਹੀਦਾ? ਸਰ, ਟਾਈਮ ਬਾਊਂਡ ਕਰਨ ਇਸ ਚੀਜ਼ ਨੂੰ ਅਸੀਂ ਪਹਿਲਾਂ ਹੀ ਕਿਹਾ, ਐਟਲੀਸਟ ਵਨ ਮੰਥ ਇਜ਼ ਗੁੱਡ ਇਨਫ ਟੂ ਫਿਗਰ ਆਊਟ। ਤੁਸੀਂ ਸਾਰੇ ਇਹ ਸਵਾਲ ਚੁੱਕਦੇ ਪਏ ਹੈਗੇ ਆ, ਜਿਹੜੇ ਉਹਨਾਂ ਦੇ ਪਰਿਵਾਰ ਹੈਗੇ ਆ ਜਿਹਨਾਂ ਨੂੰ 2 ਲੱਖ ਰੁਪਇਆ ਰਾਹਤ ਰਾਸ਼ੀ, 50,000 ਰੁਪਇਆ ਗੰਭੀਰ ਜ਼ਖਮੀਆਂ ਨੂੰ, 25,000 ਰੁਪਇਆ ਜਿਹੜੇ ਉਸ ਤੋਂ ਘੱਟ ਜ਼ਖਮੀ ਹੈਗੇ ਆ, ਇਸ ਰਾਸ਼ੀ ਦੇ ਨਾਲ ਕਿ ਉਹਨਾਂ ਪਰਿਵਾਰਾਂ ਦਾ ਨਿਬੜ ਜੂ ਕੰਮ? ਕਦੇ ਵੀ ਨਹੀਂ ਨਿਬੜ ਸਕਦਾ ਸਰ। ਫਿਰ ਉਹਦੇ ਲਈ ਤੁਹਾਡੇ ਵਰਗੇ ਲੋਕਾਂ ਨੇ ਕੀ ਕਰਨਾ? ਸਰ, ਆਵਾਜ਼ ਚੱਕਣੀ ਬਣਦੀ ਹੈ ਕਿ ਜਿਹੜੇ ਬੰਦੇ ਉਹਨਾਂ ਦੇ ਦੋਸ਼ੀ ਨੇ, ਜਿਨ੍ਹਾਂ ਕਰਕੇ ਇਹ ਚੀਜ਼ ਅੱਜ ਸਾਰੀ ਹੋਈ ਹੈ, ਉਹ ਬੰਦੇ ਸਾਹਮਣੇ ਲਿਆਤੇ ਜਾਣ, ਉਹਨਾਂ ਨੂੰ ਸਜ਼ਾ ਹੋਵੇ ਬਰਾਬਰ ਦੀ, ਉਹਨਾਂ 'ਤੇ ਪਰਚੇ ਦਰਜ ਹੋਣ ਮਰਡਰ ਦੇ। ਇਹੀ ਚੀਜ਼ ਅਸੀਂ ਡਿਮਾਂਡ ਕਰ ਰਹੇ ਹਾਂ ਅਤੇ ਇਹੀ ਹੋਣੀ ਚਾਹੀਦੀ ਹੈ। ਬਟ ਇਹਦਾ ਵੇ ਇੱਕ ਚੀਜ਼ ਮੈਂ ਜਿਹੜੀ ਵਿੱਚ ਮੇਰੀ ਗੱਲ ਰਹਿ ਗਈ ਸੀ, ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਬਰਾੜ ਸਾਹਿਬ ਹੋਰਾਂ ਨਾਲ ਮਤਲਬ ਕਾਫ਼ੀ ਇਹਨਾਂ ਦੀ ਗੱਲ ਨਾਲ ਮੈਂ ਅਗਰੀਡ ਸੀ, ਬਟ ਇੱਕ ਗੱਲ ਜਿਹੜੀ ਇਹਨਾਂ ਨੇ ਕਹੀ ਕਿ ਤਰ੍ਹਾਂ ਤਰ੍ਹਾਂ ਦੇ ਲੋਕ ਆ ਜਾਂਦੇ ਹੈ ਪੋਲੀਟੀਸ਼ੀਅਨਸ ਕੋਲ ਅਤੇ ਫੋਨ ਕਰਨਾ ਪੈਂਦਾ, ਨਹੀਂ, ਇਟ ਡਿਪੈਂਡਸ ਔਨ ਦੀ ਪੋਲੀਟੀਸ਼ੀਅਨ। ਉਹ ਚਾਹੇ ਤਾਂ ਜੇ ਤੁਸੀਂ ਵੋਟਾਂ ਦੇ ਇੰਨੇ ਭੁੱਖੇ ਹੋ ਕੇ ਲੋਕਾਂ ਦੇ ਗਲਤ ਫੋਨਾਂ ਵਾਸਤੇ ਤੁਸੀਂ ਅਫਸਰਸ ਨੂੰ ਤੰਗ ਕਰੋਗੇ ਤਾਂ ਫਿਰ ਇਹ ਤੁਹਾਡੀ ਮਾਨਸਿਕਤਾ ਹੋ ਸਕਦੀ ਹੈ ਕਿਸੇ ਪਾਰਟੀ ਦੀ, ਬਟ ਇਹ ਇੱਕ ਪੋਲੀਟੀਸ਼ੀਅਨ ਦੀ ਡਿਊਟੀ ਬਣਦੀ ਹੈ ਸਕਰੂਟਨਾਈ ਕਰਨਾ ਕਿ ਵੈਦਰ ਮੈਂ ਇਹ ਬੰਦੇ ਦੇ ਵਾਸਤੇ ਕਿਸੇ ਨੂੰ ਫੋਨ ਕਰਨਾ ਕਿ ਨਹੀਂ ਕਰਨਾ। ਦੂਸਰੀ ਗੱਲ, ਜੇ ਅਸੀਂ ਗੱਲ ਕਹੀਏ ਕਿ ਕਿਤੇ ਨਾ ਕਿਤੇ ਬਿਆਨਬਾਜ਼ੀ ਕਰਨੀ ਆਸਾਨ ਹੈ ਕਿ ਰਿਸਪੋਂਸੀਬਿਲਟੀ ਲੈਣੀ ਹਮੇਸ਼ਾ ਔਖੀ ਹੁੰਦੀ ਹੈ, ਜਿਹੜੇ ਉੱਥੇ ਦੇ ਮਿਊਂਸੀਪਲ ਕਾਰਪੋਰੇਸ਼ਨ ਨੇ, ਕੋਈ ਵੀ MCA ਏਰੀਆ ਦਾ, ਉਹਨੂੰ ਇਕੱਲੇ ਇਕੱਲੇ ਏਰੀਏ ਦਾ, ਇਕੱਲੇ ਇਕੱਲੇ ਘਰ ਦਾ ਪਤਾ ਹੁੰਦਾ ਕਿ ਇਹਦੇ, ਜਦੋਂ ਅਸੀਂ ਵੋਟਾਂ ਲੈਣ ਜਾਂਦੇ ਹਾਂ ਪੋਲੀਟੀਕਲ ਬੰਦੇ, ਇੱਕ ਇੱਕ ਗਲੀ ਛਾਣੀ ਹੁੰਦੀ ਹੈ ਕਿ ਲਿਸਟਾਂ ਚੱਕੀਆਂ ਹੁੰਦੀਆਂ ਹੱਥ ਦੇ ਵਿੱਚ, ਡੋਰ ਟੂ ਡੋਰ ਹੁੰਦੀ ਹੈ, ਤਾਂ ਤੁਹਾਨੂੰ ਕੀ ਉਸ ਵੇਲੇ ਪਤਾ ਨਹੀਂ ਹੈ ਕਿ ਉਸ ਏਰੀਏ ਦੇ ਵਿੱਚ ਕੌਣ ਬੰਦਾ ਬੈਠਾ? ਤਾਂ ਇਹ ਆਪਾਂ ਜੇ ਗੱਲ ਕਹੀਏ ਕਿ ਪੋਲੀਟੀਸ਼ੀਅਨਸ ਨੂੰ ਇਸ ਚੀਜ਼ 'ਚ ਨਾ ਪਾਰਟੀ ਬਣਾਓ, ਬਿਲਕੁਲ ਹੈਗੇ ਆ, ਰਿਸਪੋਂਸੀਬਲ ਹੈ ਉੱਥੇ ਦੇ MLA ਨੂੰ ਪਾਰਟੀ ਬਣਾਉਣਾ ਚਾਹੀਦਾ, ਬਿਲਕੁਲ ਬਣਾਉਣਾ ਚਾਹੀਦਾ, ਉੱਥੇ ਦੇ ਕੌਂਸਲਰ ਨੂੰ ਪਾਰਟੀ ਬਣਾਉਣਾ ਚਾਹੀਦਾ, ਬਿਲਕੁਲ ਬਣਾਉਣਾ ਚਾਹੀਦਾ ਸਰ। ਬਰਾੜ ਸਾਹਿਬ, ਉੱਥੇ ਦੇ MLA ਕੌਣ ਹੈ? ਮੈਂ ਇੱਕ ਬੇਨਤੀ ਕਰਦੇ ਹਾਂ, ਜੇ ਕੋਈ MLA ਦਾ ਕਸੂਰ ਹੈਗਾ ਜਾਣ ਦੇ ਵਿੱਚ ਤਾਂ ਅਸੀਂ ਕਿਸੇ ਨੂੰ ਨਹੀਂ ਕਹਾਂਗੇ ਵੀ ਬਖਸ਼ੋ, ਜਾਂ ਤਾਂ ਨਹੀਂ ਕਰੋਗੇ ਤੁਸੀਂ, ਮੇਰੀ ਬੇਨਤੀ ਤਾਂ ਸੁਣ ਲਓ ਨਾ। ਇਹ ਹੋ ਸਕਦਾ ਆਮ ਆਦਮੀ ਪਾਰਟੀ ਦਾ ਹਾਲੇ ਸਫ਼ਰ ਥੋੜ੍ਹਾ ਹੈ ਅਤੇ ਇਹਨਾਂ ਨੂੰ ਨਾ ਪਤਾ ਹੋਵੇ ਵੀ ਫੋਨ ਕਿਵੇਂ ਕਰਨੇ ਪੈਂਦੇ ਆ, ਕਿਵੇਂ ਨਹੀਂ ਕਰਨੇ ਪੈਂਦੇ। ਜਦੋਂ ਕਿਸੇ ਦਾ ਕੰਮ ਹੁੰਦਾ, ਜੇ ਮੰਨ ਲਓ ਇਹੀ ਲਾਇਸੈਂਸ ਧਾਰ ਕਿਸੇ ਕੋਈ MLA ਕੋਲ ਗਿਆ, ਉਹ ਜੀ ਦੇਖੋ ਜੀ ਮੈਂ ਸਾਰੀ ਫਾਰਮੈਲਿਟੀ ਪੂਰੀ ਕਰਤੀ, DC ਮੇਰਾ ਲਾਇਸੈਂਸ ਨਹੀਂ ਜਾਰੀ ਕਰਦਾ, ਹੁਣ ਪੋਲੀਟੀਸ਼ੀਅਨ ਨੂੰ ਕੀ ਸੁਪਨਾ ਆਉਂਦਾ ਵੀ ਇਹ ਸੱਚ ਬੋਲ ਰਿਹਾ ਕਿ ਠੀਕ ਬੋਲ ਰਿਹਾ? ਪੋਲੀਟੀਸ਼ੀਅਨ ਨੇ ਫੋਨ ਕੀ ਚੇਂਜ ਕਰੋਗੇ ਜਦੋਂ ਚੋਰੀ ਕੁੱਤੇ ਨਾਲ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ?
अखीर मैं फिर दोहराना कि जिहड़ी कलम दी ताकत है वह एडमिनिस्ट्रेशन कोल है ते कलम दी ताकत जे रोकण वाला बंदा उत्थे बैठा होवे ਤਾਂ ਕਿਸੇ ਪੋਲੀਟੀਸ਼ੀਅਨ ਦੀ ਜ਼ਰੂਰਤ ਨਹੀਂ ਕਿ ਹੱਥ ਨਾਲ ਫੜ ਕੇ ਸਾਈਨ ਕਰਾ ਸਕਦਾ ਜਾ ਕੇ ਇੱਕ ਮਿੰਟ ਮਾਨ ਸਿੰਘ ਉਹ ਤਾਂ ਤੁਸੀਂ ਤਾਂ ਹੋਣਾ ਹੀ ਨਹੀਂ ਠੀਕ ਹੈ ਇੱਕ ਮਿੰਟ ਮਾਨ ਸਿੰਘ ਮਾਨ ਸਿੰਘ ਮਾਨ ਸਿੰਘ ਜੀ ਇਹ ਡੀਸੀ ਡੀਸੀ ਐਸਐਸਪੀ ਮੈਂ ਤੁਹਾਨੂੰ ਇੱਕ ਹੋਰ ਗੱਲ ਬੜੀ ਸਿੰਪਲ ਕਹਿਣਾ ਹਾਂ ਮੈਜਿਸਟ੍ਰੇਟ ਇਨਕੁਆਇਰੀ ਦੀ ਵੀ ਲੋੜ ਨਹੀਂ ਹੈਗੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਤੇ ਇੱਕ ਐਫ ਆਈ ਆਰ ਦਰਜ ਕਰ ਦਿਓ ਵੀ ਇਹ ਪਤਾ ਚੱਲਿਆ ਹੈਗਾ ਵੀ ਇੱਥੇ ਹੈਗੇ ਲਾਇਸੈਂਸ ਪੁਰਾਣੇ ਰੀਨਿਊ ਨਹੀਂ ਹੋਏ ਇਹਦੇ ਇਹ ਨਹੀਂ ਹੋਇਆ ਜਿਵੇਂ ਚ ਲਿਖਿਆ ਮੇਰੇ ਪਾਸ ਮੁਖਬਰ ਖਾਸ ਆ ਹਾਂ ਸੀਕ੍ਰੀਟ ਇਨਫੋਰਮੇਸ਼ਨ ਤੇ ਇੱਕ ਐਫ ਆਈ ਆਰ ਦਰਜ ਕਰ ਦਿਓ ਜਿੰਨੇ ਹੈਗੇ ਬਾਅਦ ਦੇ ਵਿੱਚ ਉਹਦਾ ਨਾਮਜ਼ਦ ਕਰੀ ਜਾਓ ਸਾਰੇ ਆ ਜਾਣਗੇ ਦਿਸ ਇਜ਼ ਨੋ ਪ੍ਰੋਬਲਮ ਤੇ ਪੁਲਿਸ ਇਹ ਕਰਨਾ ਨਹੀਂ ਚਾਹ ਰਹੀ ਨਹੀਂ ਕਰਨਗੇ ਉਹ ਅਜੇ ਐਸਐਸਪੀ ਸਾਹਿਬ ਤਾਂ ਕਹਿੰਦੇ ਮੈਨੂੰ ਪਤਾ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਮੇਰੇ ਨਾਲ ਕੰਟੈਕਟ ਵੀ ਹੈਗਾ ਉਹ ਕਰਨਗੇ ਜਾਂ ਨਹੀਂ ਕਰਨਗੇ ਇਹ ਤਾਂ ਮੈਨੂੰ ਨਹੀਂ ਪਤਾ ਹੈਗਾ ਵੀ ਕਰਨਗੇ ਜਾਂ ਨਹੀਂ ਕਰਨਗੇ ਪਰ ਇੱਕ ਇਟ ਕੈਨ ਬੀ ਡਨ समाप्त करिए सवाल यह है कि हर पद्धर की लापरवाही से फुल स्टॉप लग सकता जां इह फजूल दा सवाल कर लिया मैं नहीं पता की है जिथे कोई एहो जी मंदभागी दुर्घटना हो जाती है असीं साडा मन तड़पदा असीं आके कैमरिया सामने बह जाने आ पिछे बच्चा जड़ा ट्यूबवैल दे विच डिग्गा सी पांच सत्त दिन दवाई पा छड्डी सारे टीवियों दे उत्ते बहुत कुछ चलिया इस तरह ही इहो जिहा धमाका अमृतसर च दो तीन साल पहला बिल्कुल पटाकियां दी फैक्टरी दे विच हो चुक्या उत्थे भी नुकसान होया सी ओह भी इस तरह आबादी दे अंदर नहीं हुण भी कारवाइयां कीतियां जा रहियां लुधियाणे जांच कीती जा रही है कादियां कीती जा रही है कानूनवान कीती जा रही है अमृतसर कीती जा रही है अमृतसर दशहरे ते होया असल च जद तक जिहड़ा ਸਾਡਾ ਜਿਹੜਾ ਸਿਸਟਮ ਦਾ ਸੁਧਾਰ ਨਹੀਂ ਹੁੰਦਾ ਜਿਹੜੇ ਕੁਲਵੀਰ ਜੀ ਗੱਲ ਕਹਿ ਰਹੇ ਹੈ ਨਾ ਜੇ ਪੂਰਾ ਸਿਸਟਮ ਹੀ ਕੋਆਪਰੇਟ ਨਾ ਕਰੇ ਇੱਕ ਦੂਜੇ ਨੂੰ ਤੇ ਸਾਰੇ ਆਪੋ ਆਪਣੇ ਕੰਮਾਂ ਨੂੰ ਵਿੱਚ ਲੈ ਲੈਣ ਸਿਸਟਮ ਨੂੰ ਕਿਵੇਂ ਆਪਣੇ ਨਿੱਜੀ ਮਫਾਦਾਂ ਲਈ ਵਰਤਣਾ ਥੱਲਿਓਂ ਪੀਓਨ ਤੋਂ ਲੈ ਕੇ ਉੱਪਰ ਤੱਕ ਜੇ ਇਹ ਸਿਸਟਮ ਚੱਲ ਪਵੇ ਤਾਂ ਫਿਰ ਲੋਕਾਂ ਨੂੰ ਕੌਣ ਪੁੱਛੂਗਾ ਕਾਨੂੰਨ ਕਨਾਂ ਨਹੀਂ ਹੈ ਫਿਰ ਤੇ ਜਿਹਦੇ ਕੋਲ ਸੱਤਾ ਹੈ ਉਹਦਾ ਹੀ ਕਾਨੂੰਨ ਹੈਗਾ ਇਸ ਕਰਕੇ ਇਸ ਨੂੰ ਸੁਧਾਰਨ ਦੀ ਲੋੜ ਹੈ ਔਰ ਉਹਦੇ ਲਈ ਲੋਕੀ ਕੀ ਸਾਡੇ ਸਮਝਦੇ ਅੱਜ ਵੀ ਡੈਮੋਕ੍ਰੇਸੀ ਦਾ ਲੋਕ ਸਮਝਦੇ ਵੋਟਾਂ ਪਾਤੀਆਂ ਉਹਨਾਂ ਦੀ ਡਿਊਟੀ ਖਤਮ ਹੁਣ ਤੇ ਇਹ ਸਾਰੇ ਕਰਨ ਇੰਜ ਨਹੀਂ ਹੋਣਾ ਵੋਟਾਂ ਪਾਉਣ ਤੋਂ ਬਾਅਦ ਤੁਹਾਨੂੰ ਜ਼ਿਆਦਾ ਕੰਮ ਕਰਨਾ ਠੀਕ ਹੈ ਕਰਵੀ ਸਿੰਘ ਸਿੱਧੂ ਸਾਹਿਬ ਮੈਂ ਲਾਸਟ ਸਵਾਲ ਤੁਹਾਡੇ ਤੋਂ ਲੈਣਾ ਕਰਵੀ ਸਿੰਘ ਸਿੱਧੂ ਸਾਹਿਬ ਮੰਨ ਲਓ ਵੀ ਤੁਹਾਨੂੰ ਉੱਥੇ ਜਾਂਚ ਸੌਂਪ ਦਿੱਤੀ ਜਾਂਦੀ ਹੈ ਇੱਕ ਮੰਨ ਕੇ ਚੱਲੋ ਮੈਜਿਸਟ੍ਰੇਟ ਦੀ ਜਾਂਚ ਤੁਸੀਂ ਕਰਨੀ ਹੈਗੀ ਆ ਡੀਸੀ ਐਸਐਸਪੀ ਐਸਡੀਐਮ ਐਸਐਚਓ ਨਗਰ ਕੌਂਸਲ ਇਹਨਾਂ ਦੇ ਵਿੱਚੋਂ ਤੁਹਾਨੂੰ ਕੌਣ ਗੁਨਾਹਗਾਰ ਜਾਪਦਾ ਹੈਗਾ ਇਸ ਪੂਰੇ ਮਾਮਲੇ ਜੇ ਅਸੀਂ ਮੁੱਢਲੇ ਤੌਰ 'ਤੇ ਸਮੇਂ ਨਾ ਹੋਵੇ ਪਹਿਲੀ ਕਾਰਵਾਈ ਜੇ ਤੁਸੀਂ ਆਈਡੀਅਲ ਔਰ ਐਗਜ਼ੈਂਪਲਰੀ ਇਨਕੁਆਇਰੀ ਕਰਨੀ ਹੈ ਔਰ ਉਸ ਤੋਂ ਬਾਅਦ ਡੈਟਰੈਂਟ ਪਨਿਸ਼ਮੈਂਟ ਦੇਣੀ ਹੈ ਤਾਂ ਅੱਜ ਹੀ ਇੱਥੋਂ ਇਸੇ ਸਟੈਪ ਤੋਂ ਪਹਿਲਾਂ ਸ਼ੁਰੂ ਕਰ ਲੈਣਾ ਚਾਹੀਦਾ ਇਸੇ ਇਨਕੁਆਇਰੀ ਤੋਂ ਇੱਕ ਦੂਜੀ ਲਾਈਨ ਬੋਲਾਂਗਾ ਮੈਂ ਕਿ ਪੋਲੀਟੀਸ਼ੀਅਨ ਨੂੰ ਟੈਲੀਫੋਨ ਕਰਨਾ ਪੈਂਦਾ ਅਫਸਰ ਨੂੰ ਸੁਣਨਾ ਪੈਂਦਾ ਨਹੀਂ ਨਹੀਂ ਪਹਿਲੇ ਹੱਥੇ ਡੀਸੀ ਜ਼ਿੰਮੇਵਾਰ ਹੈ ਐਸਐਸਪੀ ਜ਼ਿੰਮੇਵਾਰ ਹੈ ਐਸਡੀਐਮ ਜ਼ਿੰਮੇਵਾਰ ਹੈ ਐਸਐਚਓ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਪਹਿਲੇ ਹੱਥੇ ਤੂੰ ਉਹਨਾਂ ਨੇ ਜ਼ਿੰਮੇਵਾਰ ਹੋਣਾ ਦੇ ਨਹੀਂ ਨਹੀਂ ਮੈਂ ਤੁਹਾਡੇ ਸਾਹਮਣੇ ਰਹਿਣਾ ਤੁਹਾਡੇ ਸਾਹਿਬ ਜੀ ਜਿਸ ਜਿਹੜੇ ਕੰਪੀਟੈਂਟ ਅਥਾਰਟੀ ਹੈ ਜਿਸ ਨੇ ਲਾਇਸੈਂਸ ਜਾਰੀ ਕੀਤਾ ਉਹ ਜ਼ਿੰਮੇਵਾਰ ਹੈ ਥੱਲਿਓਂ ਰਿਪੋਰਟਾਂ ਗਲਤ ਆਈਆਂ ਤਾਂ ਉਹ ਨਹੀਂ ਉਹ ਆਈਆਂ ਉਹਨਾਂ ਤੇ ਡੀਸੀ ਐਕਸ਼ਨ ਲੈ ਸਕਦਾ ਸੀ ਲੈਣਾ ਚਾਹੀਦਾ ਸੀ ਜੇ ਗਲਤ ਰਿਪੋਰਟ ਕਰਦਾ ਤੇ ਪਰ ਜੇ ਉਹਨੇ ਦਸਤਖਤ ਫਰਮਾਤੇ ਹੈ ਤਾਂ ਉਹ ਜ਼ਿੰਮੇਵਾਰ ਪਹਿਲਾ ਐਕਸ਼ਨ ਡੀਸੀ ਤੇ ਹੋਣਾ ਚਾਹੀਦਾ ਜੇ ਉਸਨੇ ਦਸਤਖਤ ਕੀਤੇ ਆ ਠੀਕ ਹੈ ਚਲੋ ਬਹੁਤ ਧੰਨਵਾਦ ਕੁਲਵੀਰ ਸਿੰਘ ਸਿੱਧੂ ਸਾਹਿਬ ਤੁਹਾਡਾ ਮੇਰੇ ਕੋਲ ਵਕਤ ਹੈ ਨਹੀਂ ਅਬਰਾਜ ਸਾਹਿਬ ਤੁਹਾਡਾ ਜਿਹੜਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਮਾਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਪ੍ਰਸਮ ਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਸਮਝਾ ਸਕੀਏ ਤੁਹਾਨੂੰ ਦੱਸ ਸਕੀਏ ਕਿ ਤੁਹਾਡੇ ਹੱਕ ਹੈ ਕੀ ਹੈ ਤੁਹਾਡੇ ਹੱਕਾਂ ਦੀ ਆਵਾਜ਼ ਹੈ ਤੁਹਾਨੂੰ ਖੁਦ ਚੁੱਕਣੀ ਪਵੇਗੀ ਇੱਥੇ ਖੁਦ ਕਹਿ ਰਿਹਾ ਕਿ ਜਦੋਂ ਲੋਕ ਆਵਾਜ਼ ਚੁੱਕਦੇ ਹੈਗੇ ਆ ਫਿਰ ਸਾਰਿਆਂ ਨੂੰ ਸੁਣਨੀ ਪੈਂਦੀ ਹੈ ਅਤੇ ਜਦੋਂ ਇੱਕ ਸਿਸਟਮ 'ਤੇ ਸਵਾਲ ਚੁੱਕੇ ਜਾਂਦੇ ਹੈਗੇ ਆ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜਾਗਰੂਕਤਾ ਹੁੰਦੀ ਹੈ ਸਾਡਾ ਕੰਮ ਤੁਹਾਨੂੰ ਜਾਗਰੂਕ ਕਰਨਾ ਹੈਗਾ ਫੈਸਲਾ ਤੁਹਾਡੇ ਹੱਥ ਆ ਬਹੁਤ ਧੰਨਵਾਦ